ਦਿੱਲੀ ਦੀ ਹਿੱਕ ਤੇ ਖੜ ਕੇ ਕਾਂਗਰਸੀਆਂ ਦੇ ਸਾਹਮਣੇ ਬੀਜੇਪੀ ਵਾਲਿਆਂ ਦੇ ਸਾਹਮਣੇ ਹੋਰ ਜਿੰਨੀਆਂ ਵੀ ਭਾਰਤ ਦੀਆਂ ਸਿਆਸੀ ਤਨਜ਼ ਸਾਰਿਆਂ ਦੇ ਸਾਹਮਣੇ ਖੜ ਕੇ ਬੜੇ ਜੋਰ ਸ਼ੋਰ ਨਾਲ ਤੇ ਗੱਜ ਕੇ ਬਿਨਾਂ ਡਰੇ ਕਹਿੰਦੇ ਨੇ ਕਿ ਤੁਸੀਂ ਸਿੱਖਾਂ ਦੀ ਜੇਨੋਸਾਈਡ ਕੀਤੀ ਹੈ ਸਿੱਖਾਂ ਦਾ ਕਤਲਯਾਮ ਕੀਤਾ ਹੈ ਇੱਕ ਐਡੇ ਵੱਡੇ ਉੱਚ ਅਹੁਦੇ ਦਾ ਅਫਸਰ ਜਿਸ ਦੇ ਅੰਡਰ ਹਜ਼ਾਰਾਂ ਹੀ ਪੁਲਿਸ ਅਫਸਰ ਕੰਮ ਕਰਦੇ ਛੋਟੇ ਵੱਡੇ ਉਸ ਅਫਸਰ ਨੂੰ ਸਭ ਤੋਂ ਛੋਟੇ ਦਰਜੇ ਦੇ ਜੋ ਪੁਲਿਸ ਵਾਲਾ ਸੀ ਉਸ ਦੇ ਕੋਲੋਂ ਟੌਰਚਰ ਕਰਾਇਆ 18 ਜੂਨ 1984 ਨੂੰ ਰੋਸ ਵਜੋਂ ਆਪਣੇ ਉਸ ਪੁਲਿਸ ਅਫਸਰੀ ਦੇ ਉੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ 월ਡ ਗਵਰਨਮੈਂਟ ਜਿਹਨੂੰ ਗੋਰੇ ਚਲਾਉਂਦੇ ਨੇ ਅਮਰੀਕਾ ਚਲਾਉਂਦਾ ਹੈ ਇੰਗਲੈਂਡ ਚਲਾਉਂਦਾ ਹੈ ਇਜ਼ਰਾਈਲ ਚਲਾਉਂਦਾ ਹੈ ਅਜਿਹੇ ਦੇਸ਼ਾਂ ਦਾ ਤੰਤਰ ਯੂਨਾਈਟਿਡ ਨੇਸ਼ਨ ਚਲਾਉਂਦਾ ਹੈ ਉਹ ਗਵਰਨਮੈਂਟ ਸਿੱਖਾਂ ਦਾ ਲੀਡਰ ਮੰਨਦੀ ਹੈ ਸਰਦਾਰ ਇੰਡੀਆ ਦੀਆਂ ਰੌ ਜਿਹੜੀ ਹੈ ਇੰਟੈਲੀਜੈਂਸੀ ਹੈ ਉਹਨਾਂ ਦਾ ਅਫਸਰ ਹੈ ਆਪਣੀ ਇੱਕ ਕਿਤਾਬ ਲਿਖ ਕੇ ਗਿਆ ਹੈ ਉਸ ਕਿਤਾਬ ਦੇ ਵਿੱਚ ਉਹ ਦੋ ਜਣਿਆਂ ਦਾ ਨਾਮ ਲਿਖਦਾ ਹੈ ਜਥੇਦਾਰ ਅਵਤਾਰ ਸਿੰਘ ਜੀ ਬ੍ਰਹਮਾ ਦੂਜਾ ਨਾਮ ਹੈ ਕੇਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੋ ਇੱਕ ਚਿਹਰਾ ਪੰਜਾਬ ਅਤੇ ਭਾਰਤ ਦੀ ਸਿਆਸਤ ਦੇ ਵਿੱਚ ਜੋ ਜਾਗਦੀ ਜ਼ਮੀਰ ਵਾਲਾ ਹੈ ਜੋ ਇਮਾਨਦਾਰ ਹੈ ਫਿਲਮਾਂ ਦੇ ਵਿੱਚ ਬਹੁਤ ਇਮਾਨਦਾਰ ਨੇਤਾ ਅਗੂ ਪੁਲਿਸ ਅਫਸਰ ਦੇਖੇ ਹੋਣਗੇ ਪਰ ਅਸਲ ਜ਼ਿੰਦਗੀ ਦੇ ਵਿੱਚ ਜਦੋਂ ਦੇਖਦੇ ਆ ਤਾਂ ਸਾਰੇ ਪਾਸੇ ਖਾਲੀ ਹੀ ਖਾਲੀ ਦਿਂਦਾ ਹੈ ਉਹ ਇਸ ਕਰਕੇ ਕਿਉਂਕਿ ਅਸਲ ਲਾਈਫ ਦੇ ਵਿੱਚ ਇਮਾਨਦਾਰ ਤੇ ਜਾਗਦੀ ਜ਼ਮੀਰ ਵਾਲੇ ਬਹੁਤ ਘੱਟ ਨੇ ਤਾਂ ਬਹੁਤ ਘੱਟ ਪੁਲਿਸ ਅਫਸਰ ਨੇ ਅੱਜ ਇਸ ਪੇਸ਼ਕਸ਼ ਦੇ ਵਿੱਚ ਗੱਲ ਕਰਾਂਗੇ ਉਸ ਪੁਲਿਸ ਅਫਸਰ ਬਾਰੇ ਉਸ ਸੇਖਾ ਗੂ ਬਾਰੇ ਜੋ ਜਦੋਂ ਪੁਲਿਸ ਦੇ ਵਿੱਚ ਸੀ ਉਦੋਂ ਵੀ ਇਮਾਨਦਾਰੀ ਦੇ ਨਾਲ ਪੰਜਾਬ ਦੀ ਤੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਰਿਹਾ ਤੇ ਜਦੋਂ ਸਿਆਸਤ ਵਿੱਚ ਆਇਆ ਤਾਂ ਉਹ ਇਨਸਾਨ ਸਿਆਸਤ ਦੇ ਵਿੱਚ ਵੀ ਪੰਥ ਨੂੰ ਮੂਰੇ ਰੱਖ ਕੇ ਪੰਜਾਬ ਨੂੰ ਮੂਰੇ ਰੱਖ ਕੇ ਚੱਲਦਾ ਰਿਹਾ ਜਿਸ ਦੇ ਆਪਣੇ ਕਰਤਾਰ ਦੇ ਉੱਤੇ ਨਾ ਹੀ ਕੋਈ ਕਰਾਪਸ਼ਨ ਦਾ ਦਾਗ ਹੈ ਨਾ ਹੀ ਕੋਈ ਲੁੱਟਖਸਟ ਦਾ ਦਾਗ ਹੈ ਨਾ ਹੀ ਕਿਸੇ ਦੀ ਇੱਜ਼ਤ ਰੋਲ ਲੰਦਾ ਦਾ ਹੈ। ਵੈਸੇ ਤੁਸੀਂ ਪਿਛੇ ਤਸਵੀਰਾਂ ਦੇਖ ਕੇ ਸਮਝ ਹੀ ਗਏ ਹੋਵੋਗੇ। ਕਿੰਨਾ ਦੇ ਬਾਰੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ। ਜਦੋਂ ਉਹ ਨਾਮ ਲੈਂਦੇ ਆ ਤਾਂ ਨਾਮ ਲੈਣ ਵਾਲੇ ਜਿਹੜੇ ਇਤਿਹਾਸ ਦੇ ਨਾਲ ਜੁੜੇ ਹੋਏ ਨੇ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਪੰਥ ਦੀ ਗੱਲ ਕਰਦੇ ਨੇ ਉਹ ਹਮੇਸ਼ਾ ਹੀ ਕਹਿੰਦੇ ਨੇ ਕਿ ਕੋਈ ਇੱਕ ਲੀਡਰ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਨਾਮ ਵਕਿਆ ਨਾ ਝੁਕਿਆ। ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਅਜੀਹਾ ਸ਼ਖਸ ਮਿਲਿਆ ਹੋਇਆ ਹੈ ਇੱਕ ਅਜੀਹੀ ਸ਼ਖਸੀਅਤ ਮਿਲੀ ਹੋਈ ਹੈ ਜਿਨ੍ਹਾਂ ਨੇ ਸਮੇਂ-ਸਮੇਂ ਸਰ ਲੋਕਾਂ ਨੂੰ ਜਾਗਰੂਕ ਕੀਤਾ ਲੋਕਾਂ ਦੇ ਜੇ ਗੱਲ ਕਰੀਏ ਉਹਨਾਂ ਨੂੰ ਸਿਆਸਤ ਦੀ ਜੇ ਲੋਕਾਂ ਵੱਲੋਂ ਉਹਨਾਂ ਨੂੰ ਸਪੋਰਟ ਨਹੀਂ ਹੁੰਦੀ ਜਾਂ ਲੋਕ ਇਹ ਕਹਿ ਸਕਦੇ ਆ ਕਿ ਅਨ ਐਜੂਕੇਟਡ ਨੇ ਪੰਜਾਬ ਦੇ ਬਾਰੇ ਨਹੀਂ ਜਾਣਦੇ ਇਤਿਹਾਸ ਬਾਰੇ ਨਹੀਂ ਜਾਣਦੇ ਇਸ ਕਰਕੇ ਸਿਮਰਨ ਸਿੰਘ ਮਾਨ ਦਾ ਖੁੱਲ ਕੇ ਸਾਥ ਨਹੀਂ ਦਿੰਦੇ ਕਿਉਂਕਿ ਲੋਕ ਪਦਾਰਥਵਾਦ ਦੇ ਨਾਲ ਜੁੜੇ ਹੋਏ ਨੇ ਨਿੱਜੀ ਮਫਾਦਿਆਂ ਨਾਲ ਜੁੜੇ ਹੋਏ ਨੇ ਫਿਰ ਵੀ ਸਿਮਰਨਜੀਤ ਸਿੰਘ ਮਾਨ ਨੇ ਅੱਜ ਤੱਕ ਨਾ ਪੰਥ ਨੂੰ ਨਾ ਲੋਕਾਂ ਨੂੰ ਕੋਈ ਅਲਾੰਬਾ ਦਿੱਤਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਸ਼ਿਮਲਾ ਦੇ ਵਿੱਚ ਜਿੱਨਾਂ ਦਾ ਜਨਮ ਹੋਇਆ ਸੀ 20 ਮਈ ਦਾ ਦਿਨ ਮਈ ਦਾ ਮਹੀਨਾ ਅਕਸਰ ਹੀ ਇਹ ਕਹਿ ਸਕਦੇ ਹਾਂ ਕਿ ਸਾਡੇ ਲਈ ਬਹੁਤ ਮਹੱਤਤਾ ਰੱਖਦਾ ਹੈ ਮਈ ਦੇ ਮਹੀਨੇ ਦੇ ਵਿੱਚ ਬਹੁਤ ਹੀ ਖਾਸ ਸ਼ਖਸੀਅਤਾਂ ਦੇ ਜਨਮ ਹੋਏ ਨੇ ਮੌਜੂਦਾ ਸਮੇਂ ਦੀ ਗੱਲ ਕਰੀਏ ਸਰਦਾਰ ਸਿਮਰਨਜੀਤ ਸਿੰਘ ਬਾਣ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਤੇ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਕੁਝ ਹੋਰ ਜੋ ਉਹਦੇ ਵੀ ਨੇ ਜਿਨ੍ਹਾਂ ਦੇ ਜਨਮ ਮਈ ਦੇ ਮਹੀਨੇ ਵਿੱਚ ਹੋਏ ਨੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜਿਨ੍ਹਾਂ ਦਾ ਪਰਿਵਾਰਕ ਪਿਸ਼ੋਕੜ ਜੋ ਸਰਦਾਰ ਜਗਿੰਦਰ ਸਿੰਘ ਜੀ ਮਾਨ ਉਹਨਾਂ ਦੇ ਪਿਤਾ ਜੀ ਸੀ ਉਹ ਜਦੋਂ 1967 ਤੱਕ ਪੰਜਾਬ ਅਸੈਂਬਲੀ ਦੇ ਵਿੱਚ ਰਹੇ ਨੇ ਜਦੋਂ ਗੋਰੇ ਵੀ ਰਾਜ ਕਰਦੇ ਸੀ ਭਾਰਤ ਦੇ ਉੱਤੇ ਹਿੰਦੁਸਤਾਨ ਦੇ ਉੱਤੇ ਤੇ ਪੰਜਾਬ ਦੇ ਉੱਤੇ ਉਦੋਂ ਵੀ ਇਹ ਪਰਿਵਾਰ ਗੋਰਿਆਂ ਦੇ ਮੂਰੇ ਨਹੀਂ ਝੁਕਿਆ ਸਿੱਖਾਂ ਦਾ ਇੱਕ ਬਹੁਤ ਵੱਡਾ ਧਾਰਮਿਕ ਸਥਾਨ ਸ੍ਰੀ ਹੇਮਕੁੰਡ ਸਾਹਿਬ ਉਸ ਦੀ ਕਾਰਜ ਕਾਲ ਸ਼ੈਲੀ ਜਾਂ ਉਸ ਦੇ ਪ੍ਰਬੰਧ ਤਾਂ ਉਸ ਵੇਲੇ ਵੀ ਉਸ ਸਮੇਂ ਵੀ ਜਦੋਂ ਸ੍ਰੀ ਹੇਮਕੁੰਡ ਸਾਹਿਬ ਦੀ ਵਣਤਰ ਹੋ ਰਹੀ ਸੀ ਉਸ ਗੁਰਦੁਆਰਾ ਸਾਹਿਬ ਦਾ ਸਾਰੇ ਕਾਗਜ਼ ਪੱਤਰ ਜੋ ਵੀ ਸਟਰਕਚਰ ਤਿਆਰ ਹੋ ਰਿਹਾ ਸੀ ਉਸ ਦੇ ਵਿੱਚ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡੀ ਸੇਵਾ ਨਿਭਾਈ ਹੈ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜਦੋਂ ਪੁਲਿਸ ਆਫਸਰ ਸੀ ਤਾਂ ਪੰਜਾਬ ਦੇ ਵਿੱਚ ਇਹ ਲਹਿਰ ਬੜੀ ਉਤਸ਼ਾਹ ਦਿੱਤਾ ਗਿਆ ਸੀ ਸਰਕਾਰ ਵੱਲੋਂ ਸਰਕਾਰੀ ਇੰਟੈਲੀਜੈਂਸੀਆਂ ਵੱਲੋਂ ਕਿ ਪੰਜਾਬ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਦੇਣੀ ਸ਼ੁਰੂ ਕਰ ਦਿੱਤੀ ਗਈ 1970 ਤੋਂ ਬਾਅਦ ਜਿਨ੍ਹਾਂ ਦੀਆਂ ਦਾੜੀਆਂ ਕੱਟੀਆਂ ਹੁੰਦੀਆਂ ਸੀ ਜਾਂ ਜਿਨ੍ਹਾਂ ਦੇ ਕੇਸ ਕਤਲ ਕੀਤੇ ਹੁੰਦੇ ਸੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਉਸ ਸਮੇਂ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਸੀ ਉਹਨਾਂ ਨੇ ਪਹਿਲੇ ਆਧਾਰ ਤੇ ਉਹਨਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਿਨ੍ਹਾਂ ਨੂੰ ਪੰਜ ਬਾਣੀਆਂ ਦਾ ਪਾਠ ਮੂਹ ਜਵਾਨੀ ਆਉਂਦਾ ਸੀ ਜਪਜੀ ਸਾਹਿਬ ਚੌਪਈ ਸਾਹਿਬ ਮੂਹ ਜਵਾਨੀ ਆਉਂਦਾ ਸੀ ਜਾਂ ਜੋ ਸਿੱਖੀ ਸਰੂਪ ਦੇ ਵਿੱਚ ਹੁੰਦੇ ਸੀ ਤੇ ਉਹਨਾਂ ਨੂੰ ਇਸ ਕਾਬਲੀਅਤ ਦੇ ਤੌਰ ਦੇ ਉੱਤੇ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਗਿਆ ਕਿਉਂਕਿ ਉਹ ਸਮਾਂ ਇਹੋ ਜਿਹਾ ਸੀ ਇੱਕ ਪਾਸੇ ਉਹਨਾਂ ਲੋਕਾਂ ਨੂੰ ਸਿੱਖਾਂ ਦੇ ਸਿਰਾਂ ਦੇ ਉੱਤੇ ਬਿਠਾਇਆ ਜਾ ਰਿਹਾ ਸੀ ਜਿਹੜੇ ਸਿੱਖੀ ਸਰੂਪ ਵਿੱਚ ਨਹੀਂ ਸੀ ਤਾਂ ਸਿਮਰਜ ਸਿੰਘ ਜੀ ਮਾਨ ਨੇ ਉਹ ਸਮੇਂ ਸਿੱਖਾਂ ਨੂੰ ਤੇ ਸਿੱਖ ਨੌਜਵਾਨਾਂ ਨੂੰ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਕੀਤਾ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਦੋਂ ਪੰਜਾਬ ਦੀ ਆਜ਼ਾਦੀ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਜੰਗ ਸੰਘਰਸ਼ ਸ਼ੁਰੂ ਕੀਤੀ ਤਾਂ ਉਸ ਸਮੇਂ ਸਿਮਰਿੰਦ ਸਿੰਘ ਮਾਨ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸੋਲਝੇ ਤਰੀਕੇ ਦੇ ਸਰਦਾਰ ਮਾਨ ਸਾਹਿਬ ਨੇ ਤੇ ਉਹਨਾਂ ਦੇ ਨਾਲ ਹੋਰ ਕੁਝ ਪੁਲਿਸ ਅਫਸਰ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸਾਥ ਦਿੱਤਾ ਤੇ ਸਰਦਾਰ ਸਿਮਰਿੰਦ ਸਿੰਘ ਮਾਨ ਦੇ ਬਾਡੀਗਾਰਡ ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕਹੇ ਦੇ ਉੱਤੇ ਕਈ ਐਕਸ਼ਨ ਉਹਨਾਂ ਨੇ ਸਿੱਖ ਪੰਥ ਦੇ ਲਈ ਕੀਤੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਦਾ ਅਕਸਰ ਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜੋ ਕਰੀਬੀ ਰਹੇ ਨੇ ਲੋਕ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਤੋਂ ਹੋਂਦੇ ਹੁੰਦੇ ਉਹ ਕਹਿੰਦੇ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸੰਤ ਪਿੰਡਰਾਂ ਵਾਲੇ ਕਹਿ ਕੇ ਬੁਲਾਉਂਦੇ ਸੀ ਕਿ ਨਿਹੰਗ ਸਾਡਾ ਨਿਹੰਗ ਮਾਨ ਸਾਡੇ ਕੋਲੇ ਜਦੋਂ ਇੱਕ ਕਿਸੇ ਸਿੰਘ ਨੇ ਸੰਤਾਂ ਦੇ ਕੋਲੇ ਜੋ ਪਰਸਨਲ ਮੀਟਿੰਗ ਸੀ ਉੱਥੇ ਕਿਸੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਇਹ ਕਿਹਾ ਕਿ ਦੂਜੇ ਪਾਸੇ ਸਰਕਾਰ ਹੈ ਸਾਡੇ ਕੋਲੇ ਸ਼ਸਤਰਾਂ ਦੀ ਕਮੀ ਹੈ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰਾਂਗੇ ਤਾਂ ਸੰਤ ਪਿੰਡਰਾਂ ਵਾਲਿਆਂ ਨੇ ਹੱਸਦੇ ਹੋਏ ਕਿਹਾ ਕਿ ਕੋਈ ਗੱਲ ਨਹੀਂ ਗੁਰੂ ਮਹਾਰਾਜ ਸਾਡੇ ਨਾਲ ਨੇ ਤੇ ਨਾਲੇ ਜਿੰਨਾ ਚਿਰ ਸਾਡਾ ਨਿਹੰਗ ਹੈ ਸਰਦਾਰ ਸਿਮਰੰਜ ਸਿੰਘ ਮਾਨ ਦੇ ਬਾਰੇ ਸੰਬੋਧਨ ਉਹਨਾਂ ਨੇ ਕਿਹਾ ਜਿੰਨਾ ਚਿਰ ਸਾਡਾ ਨਿਹੰਗ ਹੈ ਉਹਨਾਂ ਚਿਰ ਹਥਿਆਰਾਂ ਦੀ ਜਾਂ ਕਿਸੇ ਹੋਰ ਪਾਸਿਓਂ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ ਸਰਦਾਰ ਸਿਮਰੰਜ ਸਿੰਘ ਮਾਨ ਨੇ ਸੰਤਾਂ ਦੇ ਕਹੇ ਬਚਨਾਂ ਦੇ ਉੱਤੇ ਪਹਿਰਾ ਦਿੱਤਾ ਤੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਹੈ ਤਾਂ ਉਸ ਸਮੇਂ ਬਹੁਤ ਵੱਡੇ ਪੰਜਾਬ ਦੇ ਲੀਡਰ ਜਿਨ੍ਹਾਂ ਚ ਬਲਵੰਤ ਸਿੰਘ ਰਾਮੂ ਵਾਲੀਆ ਸੁੱਚਾ ਸਿੰਘ ਛੋਟੇਪੁਰ ਪ੍ਰਕਾਸ਼ ਸਿੰਘ ਬਾਦਲ ਲੋਂਗੋਵਾਲ ਜਿਸ ਨੂੰ ਬਾਅਦ ਦੇ ਵਿੱਚ ਖਾਲਸਾ ਰਵੈਤਾ ਅਨੁਸਾਰ ਸਜ਼ਾ ਦਿੱਤੀ ਗਈ ਸੀ ਦੂਜੇ ਪਾਸੇ ਭਾਜਪੀ ਦੇ ਲੀਡਰ ਕਾਂਗਰਸ ਦੇ ਲੀਡਰ ਵੱਡੇ ਝੇੜੇ ਚਿਹਰੇ ਸੀ ਜਿਹੜੇ ਉਹ ਸਰਕਾਰ ਦੇ ਨਾਲ ਰਲ ਗਏ ਭਾਰਤ ਸਰਕਾਰ ਦੇ ਨਾਲ ਰਲ ਗਏ ਤੇ ਉਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 18 ਜੂਨ 1984 ਨੂੰ ਰੋਸ ਵਜੋਂ ਆਪਣੇ ਉਸ ਪੁਲਿਸ ਅਫਸਰੀ ਦੇ ਉੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਸ ਅਸਤੀਫੇ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਨੂੰ ਖਾਲਸਾ ਰਵਾਇਤਾ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਰੈਸਟ ਕੀਤਾ ਜਾਂਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਉਸ ਸਾਰੀ ਕੜੀ ਦੇ ਵਿੱਚ ਹੱਥ ਹੈ ਜਿਸ ਤਹਿਤ ਇੰਦਰਾ ਗਾਂਧੀ ਨੂੰ ਖਾਲਸਾ ਰਵਾਇਤਾ ਅਨੁਸਾਰ ਸਜ਼ਾ ਦਿੱਤੀ ਗਈ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟਾ ਜਾਂਦਾ ਹੈ ਉਹਨਾਂ ਦੇ ਨਾਲ ਕੋਈ ਸਾਥੀ ਨੇ ਤੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਇੱਕ ਜਿਸ ਬੈਰਕ ਦੇ ਵਿੱਚ ਰੱਖਿਆ ਜਾਂਦਾ ਉੱਥੇ ਤਸ਼ੱਦਦ ਕੀਤਾ ਜਾਂਦਾ ਉਹਨਾਂ ਦੇ 9 ਪੈਰਾਂ ਦੇ 9 ਜਿਹੜੇ ਪੱਟ ਦਿੱਤੇ ਜਾਂਦੇ ਨੇ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਇੱਕ ਐਡੇ ਵੱਡੇ ਉੱਚ ਅਹੁਦੇ ਦਾ ਅਫਸਰ ਜਿਸ ਦੇ ਅੰਡਰ ਹਜ਼ਾਰਾਂ ਹੀ ਪੁਲਿਸ ਅਫਸਰ ਕੰਮ ਕਰਦੇ ਛੋਟੇ ਵੱਡੇ ਉਸ ਅਫਸਰ ਨੂੰ ਸਭ ਤੋਂ ਛੋਟੇ ਦਰਜੇ ਦੇ ਜੋ ਪੁਲਿਸ ਵਾਲਾ ਸੀ ਉਸ ਦੇ ਕੋਲੋਂ ਟੌਰਚਰ ਕਰਾਇਆ ਗਿਆ ਜਾਨੀ ਮੈਂਟਲੀ ਤੌਰ ਦੇ ਉੱਤੇ ਉਹਨਾਂ ਨੂੰ ਇਸ ਤਰ੍ਹਾਂ ਟੌਰਚਰ ਕੀਤਾ ਗਿਆ ਕਿ ਜਿਹੜੇ ਇਹ ਸੋਚਣ ਬਈ ਮਜਬੂਰ ਕਰ ਸਰਕਾਰ ਚਾਹੁੰਦੀ ਸੀ ਕਿ ਉਹਨਾਂ ਨੂੰ ਸੋਚਣ ਲਈ ਮਜਬੂਰ ਕੀਤਾ ਜਾਵੇ ਕਿ ਉਹ ਕਿਸ ਅਹੁਦੇ ਤੇ ਸੀ ਤੇ ਅੱਜ ਇੱਕ ਛੋਟਾ ਜਿਹਾ ਅਫਸਰ ਜੋ ਕਦੇ ਉਹਨਾਂ ਦਾ ਡਰਾਈਵਰ ਹੁੰਦਾ ਜਾਂ ਕੱਪੜੇ ਪ੍ਰੈਸ ਕਰਦਾ ਜਾਂ ਕਿਸੇ ਵੀ ਤਰੀਕੇ ਦੇ ਨਾਲ ਜਿਹੜੀਆਂ ਨੌਕਰੀਆਂ ਛੋਟੇ ਅਫਸਰ ਕਰਦੇ ਨੇ ਉਹ ਸਿਮਰਨ ਸਿੰਘ ਮਾਨ ਨੂੰ ਟੌਰਚਰ ਕਰ ਰਿਹਾ ਹੈ ਇਸ ਤਰ੍ਹਾਂ ਉਹਨਾਂ ਦਾ ਪਰਿਵਾਰ ਪਿੱਛੇ ਸੀ ਉਹਨਾਂ ਨੂੰ ਟੌਰਚਰ ਕੀਤਾ ਗਿਆ ਮੈਂਟਲੀ ਤੌਰ ਤੇ ਉਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਸੀ ਉਹਨੂੰ ਵੀ ਕੁਝ ਸਾਲਾਂ ਦੇ ਲਈ ਜ਼ਬਤ ਕਰ ਦਿੱਤਾ ਗਿਆ ਸਿਮਰਨ ਸਿੰਘ ਮਾਨ ਦਾ ਪਾਸਪੋਰਟ ਜਿਹੜਾ ਜਬਤ ਕਰ ਲਿਆ ਹੈ ਕਿਉਂਕਿ ਇੰਟੈਲੀਜੈਂਸੀਆਂ ਕਹਿੰਦੀਆਂ ਕਿ ਸਾਡੇ ਲਈ ਸਿਮਰਨ ਸਿੰਘ ਬਾਣ ਬਹੁਤ ਵੱਡਾ ਥ੍ਰੈਟ ਹੈ ਇੱਕ ਇੰਡੀਆ ਦੀ ਰੌ ਜਿਹੜੀ ਹੈ ਇੰਟੈਲੀਜੈਂਸੀ ਹੈ ਉਹਨਾਂ ਦਾ ਅਫਸਰ ਹੈ ਆਪਣੀ ਇੱਕ ਕਿਤਾਬ ਲਿਖ ਕੇ ਗਿਆ ਹੈ ਉਸ ਕਿਤਾਬ ਦੇ ਵਿੱਚ ਉਹ ਦੋ ਜਣਿਆਂ ਦਾ ਨਾਮ ਲਿਖਦਾ ਹੈ ਜਥੇਦਾਰ ਅਵਤਾਰ ਸਿੰਘ ਜੀ ਬ੍ਰਹਮਾ ਤੇ ਦੂਜਾ ਨਾਮ ਹੈ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਉਹ ਰੌ ਦਾ ਇੰਟੈਲੀਜੈਂਸੀ ਅਫਸਰ ਲਿਖਦਾ ਹੈ ਕਿ ਮੈਂ ਬਹੁਤ ਸਾਰੇ ਖਾੜਕੂਆਂ ਨੂੰ ਆਪਣੇ ਨਾਲ ਮਿਲਾ ਲਿਆ ਸੀ ਉਹਨਾਂ ਨੂੰ ਸਹਿਮਤ ਕਰ ਲਿਆ ਸੀ ਕਿ ਉਹ ਇਸ ਏਜੰਡੇ ਤੋਂ ਪਾਸੇ ਹੋ ਕੇ ਸਰਕਾਰ ਦੇ ਨਾਲ ਗੱਲਬਾਤ ਕਰਨ ਪਰ ਉਹ ਕਹਿੰਦਾ ਸੀ ਕਿ ਜਦੋਂ ਵੀ ਮੈਂ ਕੋਈ ਕੋਸ਼ਿਸ਼ ਕਰਦਾ ਸੀ ਤਾਂ ਦੋ ਬੰਦਿਆਂ ਨੇ ਮੇਰੇ ਬਹੁਤ ਸਾਰੇ ਜਿਹੜੇ ਐਕਸ਼ਨ ਸੀ ਉਹਨਾਂ ਨੂੰ ਫੇਲ ਕਰ ਦਿੱਤਾ ਜਿਨ੍ਹਾਂ ਦੇ ਵਿੱਚ ਇੱਕ ਜਸੇਰ ਅਵਤਾਰ ਸਿੰਘ ਬ੍ਰਹਮਾ ਦਾ ਨਾਮ ਆਉਂਦਾ ਸੀ ਤੇ ਦੂਜਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਨਾਮ ਉਹ ਰੌ ਦਾ ਇੰਟੈਲੀਜੈਂਸੀ ਅਫਸਰ ਕਹਿੰਦਾ ਸੀ ਕਿ ਮੈਂ ਇਹ ਦੋ ਬੰਦਿਆਂ ਨੂੰ ਸਭ ਤੋਂ ਵੱਧ ਨਫ਼ਰਤ ਕਰਦਾ ਕਿ ਇਹਨਾਂ ਨੇ ਮੇਰੇ ਕੋਈ ਵੀ ਐਕਸ਼ਨ ਜਿਹੜੇ ਨੇ ਉਹ ਪੂਰੇ ਨਹੀਂ ਹੋਣ ਦਿੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ 1999 ਦੇ ਵਿੱਚ ਉਹ ਜੇਲ੍ਹ ਦੇ ਵਿੱਚ ਸੀ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਪਿਤਾ ਬਾਪੂ ਸਰਦਾਰ ਜਗਿੰਦਰ ਸਿੰਘ ਜੀ ਉਹ ਇੱਕ ਪਾਰਟੀ ਬਣਾਉਂਦੇ ਨੇ ਸਿੱਖਾਂ ਦੀ ਪੋਲੀਟੀਕਲ ਪਾਰਟੀ ਹੁੰਦੀ ਹੈ ਉਹ ਵੋਟਾਂ ਦੇ ਵਿੱਚ ਆਪਣੇ ਕੈਂਡੀਡੇਟ ਖੜ੍ਹਦੇ ਨੇ ਤੇ ਸਿਮਰਨਜੀਤ ਸਿੰਘ ਮਾਨ ਜੀ ਉਸ ਸਮੇਂ ਜਿੱਤਦੇ ਨੇ ਉਹਨਾਂ ਦੀ ਸਜ਼ਾ ਮਾਫ ਹੁੰਦੀ ਹੈ ਤੇ ਉਹ ਜੇਲ੍ਹ ਤੋਂ ਰਿਹਾ ਹੁੰਦੇ ਨੇ ਜਦੋਂ ਬਾਹਰ ਆਉਂਦੇ ਨੇ ਪੰਥ ਦੀ ਸੇਵਾ ਦੇ ਵਿੱਚ ਸਿੰਘਾਂ ਦੀ ਸੇਵਾ ਦੇ ਵਿੱਚ ਆਉਂਦੇ ਨੇ ਫਿਰ ਹੁੰਦਾ ਇਲੈਕਸ਼ਨ ਬਾਈਕਾਟ ਇਲੈਕਸ਼ਨ ਬਾਈਕਾਟ ਵੇਲੇ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੇ ਘਰੇ ਦੋ ਜਣੇ ਜਾਂਦੇ ਨੇ ਜੋ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਇੰਟਰਵਿਊ ਵਿੱਚ ਵੀ ਦੱਸਿਆ ਹੈ ਆਰ ਪੀ ਸਿੰਘ ਜੋ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਕਹਿਣ ਦੇ ਮੁਤਾਬਕ ਖੰਡ ਕੀਰਤਨੀ ਜਥੇ ਦੇ ਨਾਲ ਸੰਬੰਧ ਸੀ ਹੁਣ ਵੀ ਸੰਬੰਧ ਰੱਖਦੇ ਨੇ ਇੱਕ ਧੜੇ ਦੇ ਨਾਲ ਤੇ ਦੂਜਾ ਨਾਂ ਲੈਂਦੇ ਨੇ ਵਿਰਸਾ ਸਿੰਘ ਬਲਟੋਆ ਜਿਨ੍ਹਾਂ ਨੂੰ ਉਹ ਕਹਿੰਦੇ ਨੇ ਕਿ ਬੱਬਰ ਦਲ ਦੇ ਨਾਲ ਉਹ ਸੰਬੰਧਤ ਸੀ ਫੈਡਰੇਸ਼ਨ ਦੇ ਨਾਲ ਸੰਬੰਧਤ ਸੀ ਬੱਬਰ ਦਲ ਦੇ ਨਾਲ ਸੰਬੰਧਤ ਸੀ ਜੋ ਹੁਣ ਬਾਦਲਾਂ ਦੇ ਵੱਲੋਂ ਵੋਟਾਂ ਲੜ ਕੇ ਐਮ ਐਲ ਏ ਬਣਿਆ ਹੋਇਆ ਹੈ ਉਹ ਦੋ ਬੰਦੇ ਜਾਂਦੇ ਨੇ ਸਿਮਰਨ ਸਿੰਘ ਮਾਨ ਨੂੰ ਘਰੇ ਜਾ ਕੇ ਕਹਿੰਦੇ ਨੇ ਇਲੈਕਸ਼ਨ ਬਾਈਕਾਟ ਦੇ ਉੱਤੇ ਸਾਈਨ ਕਰ ਸਿਮਰਨ ਸਿੰਘ ਮਾਨ ਇੱਕ ਵਾਰ ਤਾਂ ਨਾ ਕਰ ਦਿੰਦੇ ਨੇ ਤੇ ਉਹਨਾਂ ਦੇ ਪਿਤਾ ਜੀ ਕਹਿੰਦੇ ਨੇ ਕਿ ਸਿਮਰਨਜੀਤ ਇਹਦੇ ਉੱਤੇ ਸਾਈਨ ਕਰ ਦੇ ਨਹੀਂ ਤਾਂ ਇਹ ਤੈਨੂੰ ਇੱਥੇ ਗੋਲੀ ਮਾਰ ਕੇ ਖਤਮ ਕਰ ਦੇਣਗੇ ਤੇ ਗਦਾਰ ਦਾ ਠੱਪਾ ਤੇਰੇ ਨਾਂ ਦੇ ਉੱਤੇ ਲਾ ਦੇਣਗੇ ਸਮਾਏਗਾ ਸਮਾਨ ਤਾਰਾ ਕਰੇਗਾ ਕੌਣ ਗਦਾਰ ਹੈ ਕੌਣ ਪੰਥ ਪ੍ਰਸਤ ਹੈ ਤਾਂ ਸਿਮਰਨ ਸਿੰਘ ਮਾਨ ਉਸ ਸਮੇਂ ਸੈਨ ਕਰ ਦਿੰਦੇ ਨੇ ਤੇ ਜੋ ਰਿਜ਼ਲਟ ਸਾਡੇ ਸਾਹਮਣੇ ਹੈ ਕਿ ਉਹ ਬੰਦੇ ਜਿਹੜੇ ਬਾਈਕਾਟ ਕਰਾਉਣਾ ਚਾਹੁੰਦੇ ਸੀ ਉਹ ਆਪ ਖੁਦ ਵੋਟਾਂ ਲੜ ਰਹੇ ਨੇ ਜਾਂ ਉਹ ਪੋਲੀਟੀਕਲ ਪਾਰਟੀਆਂ ਦੀ ਹਮਾਇਤ ਕਰਦੇ ਨੇ ਕਦੇ ਕੇਜਰੀਵਾਲ ਦੀ ਕਦੇ ਬਾਦਲਾ ਦੀ ਕਦੇ ਕਿਸੇ ਦੀ ਕਦੇ ਕਿਸੇ ਦੀ ਸੋ ਸਰਦਾਰ ਸਿਮਰਨ ਸਿੰਘ ਮਾਨ ਜਦੋਂ ਅੱਗੇ ਆਉਂਦੇ ਨੇ ਤਾਂ ਪਾਰਲੀਮੈਂਟ ਦੀ ਇੱਕ ਗੱਲ ਦਾ ਉਹਨਾਂ ਦੇ ਉੱਤੇ ਦੋਸ਼ ਲਾਇਆ ਜਾਂਦਾ ਜਿਸ ਦੇ ਬਾਰੇ ਇੱਕ ਗੱਲਬਾਤ ਕਰਾਂਗੇ ਕਿ ਉਹ ਪਾਰਲੀਮੈਂਟ ਦੇ ਵਿੱਚ ਕਿਰਪਾਨ ਜਿਹੜੀ ਹੈ ਲੈ ਕੇ ਨਹੀਂ ਗਏ ਤੇ ਜੇ ਲੈ ਜਾਂਦੇ ਤਾਂ ਸਾਰੇ ਕਹਿੰਦੇ ਨੇ ਬਹੁਤ ਮਸਲੇ ਹੱਲ ਹੋ ਜਾਣੇ ਸੀ ਸਭ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਪੱਖ ਤੁਹਾਨੂੰ ਦੱਸਦੇ ਹਾਂ ਜਦੋਂ ਕਿਰਪਾਨ ਦੀ ਗੱਲ ਆਉਂਦੀ ਹੈ ਪ੍ਰਕਾਸ਼ ਸਿੰਘ ਬਾਦਲ ਟੌੜਾ ਤੇ ਹੋਰ ਜਿਹੜੇ ਉਸ ਸਮੇਂ ਪੰਥਕ ਚਿਹਰੇ ਕੋਲ ਆਉਣ ਵਾਲੇ ਸੀ ਉਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਪਹਿਲਾਂ ਇਹ ਕਿਹਾ ਕਿ ਤੁਸੀਂ ਕਿਰਪਾਨ ਅੰਦਰ ਲੈ ਕੇ ਜਾਣੀ ਹੈ। ਧਿਆਨ ਸਿੰਘ ਮੰਡ ਜੋ ਜਿਨ੍ਹਾਂ ਦੇ ਭਰਾ ਵੀ ਸ਼ਹੀਦ ਨੇ ਜੋ ਬਰਗਾੜੀ ਮੋਰਚੇ ਦੇ ਵਿੱਚ ਵੀ ਬੈਠੇ ਸੀ ਤੇ ਉਸ ਤੋਂ ਬਾਅਦ ਮੋਰਚਾ ਚੱਕਿਆ ਗਿਆ ਉਹ ਧਿਆਨ ਸਿੰਘ ਮੰਡ ਹੁਣਾਂ ਦੀ ਇੱਕ ਪੁਰਾਣੀ ਇੰਟਰਵਿਊ ਹੈ ਜੋ ਖੁਦ ਵੀ ਐਮਪੀ ਰਹੇ ਨੇ ਉਹਨਾਂ ਨੇ ਦੱਸਿਆ ਸੀ ਕਿ ਸਾਨੂੰ ਬਾਬਾ ਠਾਕ ਸਿੰਘ ਜੀ ਹੋਣਾਂ ਨੇ ਵੀ ਉਦੋਂ ਅਸੀਂ ਮਿਲੇ ਸੀ ਤੇ ਉਹਨਾਂ ਨੇ ਵਚਨ ਕੀਤੇ ਸੀ ਕਿ ਸਿਰੀ ਸਾਹਿਬ ਲੈ ਕੇ ਹੀ ਪਾਰਲੀਮੈਂਟ ਦੇ ਵਿੱਚ ਜਾਣਾ ਹੈ ਕਿਉਂਕਿ ਇਹ ਸਿੱਖਾਂ ਦਾ ਨਿਸ਼ਾਨ ਹੈ ਸਾਡੀ ਆਜ਼ਾਦ ਹਸਤੀ ਦਾ ਨਿਸ਼ਾਨ ਹੈ ਕਿਰਪਾਨ ਸ੍ਰੀ ਸਹਿਬ ਨਾਲ ਲੈ ਕੇ ਜਾਣੀ ਹੈ ਹਾਲਾਂਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਕੋਈ ਵੀ ਐਮਪੀ ਤਿੰਨ ਫੁੱਟੀ ਕਿਰਪਾਨ ਲੈ ਕੇ ਪਾਰਲੀਮੈਂਟ ਦੇ ਵਿੱਚ ਆ ਸਕਦਾ ਹੈ ਸਿਮਰਨਜੀਤ ਸਿੰਘ ਮਾਨ ਜੋ ਕਿ ਬਖੂਬੀ ਇਸ ਤੰਤਰ ਨੂੰ ਸਮਝਦੇ ਸੀ ਤਾਂ ਉਹਨਾਂ ਨੇ ਜਦੋਂ ਕਿਰਪਾਨ ਲੈ ਕੇ ਪਾਰਲੀਮੈਂਟ ਜਾਣਾ ਚਾਹਾ ਤਾਂ ਉਹਨਾਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਸਿਮਰਨਜੀਤ ਸਿੰਘ ਮਾਨ ਤੇ ਖਾਲਸਤਾਨੀ ਧਿਰਾਂ ਜਿਹੜੀਆਂ ਨੇ ਉਸ ਸਮੇਂ ਖਾੜਕੂ ਸੰਘਰਸ਼ ਠੰਡਾ ਹੋ ਰਿਹਾ ਸੀ ਝੂਠੇ ਮੁਕਾਬਲੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਬਣਾਏ ਜਾ ਰਹੇ ਸੀ ਸਿਮਰਨਜੀਤ ਸਿੰਘ ਮਾਨ ਨੇ ਇਹ ਵਰਲਡ ਨੂੰ ਸੁਨੇਹਾ ਦਿੱਤਾ ਕਿ ਦੇਖੋ ਕਿ ਮੈਂ ਇੱਕ ਐਮਪੀ ਹਾਂ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਹੈ ਤੇ ਫਿਰ ਵੀ ਮੈਂ ਕਿਰਪਾਨ ਲੈ ਕੇ ਅੰਦਰ ਨਹੀਂ ਜਾ ਸਕਦਾ ਤੇ ਇਹ ਵਰਲਡ ਨੂੰ ਸੁਨੇਹਾ ਸੀ ਕਿ ਜੇ ਮੈਂ ਇੱਕ ਐਮਪੀ ਹੁੰਦੇ ਹੋਏ ਕਿਰਪਾਨ ਅੰਦਰ ਨਹੀਂ ਲਿਜਾ ਸਕਦਾ ਤਾਂ ਆਮ ਲੋਕਾਂ ਦਾ ਆਮ ਸਿੱਖਾਂ ਦਾ ਭਾਰਤ ਦੇ ਵਿੱਚ ਕੀ ਹਾਲ ਹੋਵੇਗਾ ਇੱਥੇ ਦਾ ਤੰਤਰ ਉਹਨਾਂ ਨਾਲ ਕੀ ਕਰਦਾ ਹੋਵੇਗਾ ਤੇ ਦੂਜੇ ਪਾਸੇ ਜਦੋਂ ਇਹ ਸੁਨੇਹਾ ਵਰਲਡ ਲੈਵਲ ਤੇ ਜਾਣ ਲੱਗਿਆ ਤਾਂ ਬਾਦਲ ਹੋਣੀ ਟੋੜੇ ਹੋਣੀ ਇਹ ਜੁੰਡਲੀ ਕਹਿਣ ਲੱਗੀ ਕਿ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਚ ਕਿਹੜਾ ਗੱਤਗਾ ਖੇਡਣਾ ਸੀ ਕਿਉਂਕਿ ਇਹ ਸਰਕਾਰ ਦੀ ਬੋਲੀ ਬੋਲਣ ਲੱਗੇ ਕਿਉਂਕਿ ਸਰਕਾਰ ਦਾ ਕੰਮ ਸੀ ਇਹਨਾਂ ਨੂੰ ਆਪਣੇ ਹੱਕ ਦੇ ਵਿੱਚ ਪੁਗਤਾਉਣਾ ਜਿਵੇਂ ਇਹਨਾਂ ਨੇ 84 ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਤੋਂ ਪੁਗਤਾਇਆ ਤਾਂ ਇਹਨਾਂ ਸਾਰਿਆਂ ਨੇ ਰਲ ਕੇ ਸਿਮਰਨਜੀਤ ਸਿੰਘ ਮਾਨ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਲੋਕਾਂ ਦੀ ਨਿਗਾ ਦੇ ਵਿੱਚ ਦੋਸ਼ੀ ਬਣਾ ਦਿੱਤਾ ਜਦ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਸੁਨੇਹਾ ਦੁਨੀਆ ਪੱਧਰ ਦੇ ਉੱਤੇ ਦਿੱਤਾ ਸੀ ਕਿ ਮੈਂ ਕੈਂਪਿਆਂ ਫਿਰ ਵੀ ਮੇਰੇ ਨਾਲ ਇੰਨਾ ਧੱਕਾ ਕੀਤਾ ਜਾ ਰਿਹਾ ਹੈ ਤੇ ਆਮ ਲੋਕ ਆਮ ਸਿੱਖਾਂ ਦਾ ਉੱਥੇ ਕੀ ਹਾਲ ਹੋਵੇਗਾ ਪਰ ਸਰਕਾਰੀ ਏਜੰਸੀਆਂ ਤੇ ਉਹਨਾਂ ਦੇ ਟੁਕੜਬੋਚ ਇਸ ਗੱਲ ਦੇ ਵਿੱਚ ਕਾਮਯਾਬ ਹੋਏ ਕਿ ਉਹ ਸਰਦਾਰ ਸਿਮਰਨ ਸਿੰਘ ਮਾਨ ਨੂੰ ਦੋਸ਼ੀ ਬਣਾ ਗਏ ਸਿਮਰਨਜੀਤ ਸਿੰਘ ਮਾਨ 1999 ਦੇ ਵਿੱਚ ਫੇਰ MP ਬਣਦੇ ਨੇ ਸੰਗਰੂਰ ਤੋਂ ਜਿੱਤਦੇ ਨੇ ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਕਾਂਗਰਸੀਆਂ ਦੀ ਹਿੱਕ ਦੇ ਉੱਤੇ ਖੜ ਕੇ ਦਿੱਲੀ ਦੀ ਹਿੱਕ ਦੇ ਉੱਤੇ ਖੜ ਕੇ ਜਿੱਥੇ ਸਿੱਖਾਂ ਦੀ ਜੈਨੋਸਾਈਡ ਹੋਈ ਸੀ ਉੱਥੇ ਉਹ ਖੁੱਲ ਕੇ ਗੱਲ ਕਰਦੇ ਨੇ ਕਾਂਗਰਸੀਆਂ ਬੀਜਪੀਆਂ ਸਾਰੇ ਮੂਰਿਆਂ ਕਿ ਤੁਸੀਂ ਸਾਰੀਆਂ ਪਾਰਟੀਆਂ ਨੇ ਰਲ ਕੇ ਦਿੱਲੀ ਦੀ ਹਿੱਕ ਤੇ ਖੜ ਕੇ ਕਾਂਗਰਸੀਆਂ ਦੇ ਸਾਹਮਣੇ ਬੀਜਪੀ ਵਾਲਿਆਂ ਦੇ ਸਾਹਮਣੇ ਹੋਰ ਜਿੰਨੀਆਂ ਵੀ ਭਾਰਤ ਦੀਆਂ ਸਿਆਸੀ ਤਨਾਸੀ ਸਾਰਿਆਂ ਦੇ ਸਾਹਮਣੇ ਖੜ ਕੇ ਬੜੇ ਜ਼ੋਰ ਸ਼ੋਰ ਨਾਲ ਤੇ ਗੱਜ ਕੇ ਬਿਨਾਂ ਡਰੇ ਕਹਿੰਦੇ ਨੇ ਕਿ ਤੁਸੀਂ ਸਿੱਖਾਂ ਦੀ ਜੇਨੋਸਾਈਡ ਕੀਤੀ ਹੈ ਸਿੱਖਾਂ ਦਾ ਕਤਲੇਆਮ ਕੀਤਾ ਹੈ ਤੁਸੀਂ ਇਸ ਦੇ ਜ਼ਿੰਮੇਵਾਰ ਹੋ ਤੇ ਤੁਹਾਨੂੰ ਇਸ ਦਾ ਹਰਜਾਨਾ ਭੁਗਤਣਾ ਪਵੇਗਾ ਇਹ ਗੱਲ ਇੱਕੋ ਇੱਕ ਬੰਦੇ ਨੇ ਉਹਨਾਂ ਦੇ ਮੂਰੇ ਖੜ ਕੇ ਜੇ ਹੁਣ ਤੱਕ ਦੇ ਇਤਿਹਾਸ 'ਚ ਕਹੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਹੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੂੰ ਤਕਰੀਬਨ 40 45 ਦੇ ਤਕਰੀਬਨ ਇੰਨੀ ਵਾਰ ਜੇਲ੍ਹ ਦੇ ਵਿੱਚ ਗ੍ਰਿਫਤਾਰ ਕਰਕੇ ਰੱਖਿਆ ਕਦੇ ਜੇਲ੍ਹ ਕਦੇ ਕਿਸੇ ਹੋਰ ਤਰੀਕੇ ਦੇ ਨਾਲ ਕਦੇ ਥਾਣੇ ਦੇ ਵਿੱਚ ਗ੍ਰਿਫਤਾਰ ਲੈ ਕਰਕੇ ਲੈ ਕੇ ਗਏ ਨੇ ਤੇ 120 125 ਇਹਦੇ ਨੇੜੇ-ਤੇੜੇ ਉਹਨਾਂ ਦੇ ਉੱਤੇ ਪਰਚੇ ਦਰਜ ਨੇ ਦਰਜ ਨੇ ਤੇ ਉਹਨਾਂ ਸਾਰਿਆਂ ਪਰਚਿਆਂ ਦੇ ਵਿੱਚੋਂ ਉਚ ਸਮੇਂ ਸਮੇਂ ਬਾਅਦ ਰਹਾ ਹੁੰਦੇ ਰਹੇ ਨੇ ਕਿਉਂਕਿ ਕੋਈ ਵੀ ਬੰਦਾ ਸਬੂਤ ਪੇਸ਼ ਨਹੀਂ ਕਰ ਸਕਿਆ ਜਦੋਂ ਇੱਕ ਸਮਾਂ ਸੀ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਰਾਜ ਕਰੇਗਾ ਖਾਲਸਾ ਕਹੇ ਜਾਂਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ ਤਾਂ ਜਿਹੜਾ ਬੰਦਾ ਵੀ ਰਾਜ ਕਰੇਗਾ ਖਾਲਸਾ ਤਾਂ ਨਾਹਰਾ ਲਾਉਂਦਾ ਸੀ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ ਫਿਰ ਪੰਜਾਬੀ ਸੂਬੇ ਮੋਰਚੇ ਵੇਲੇ ਜਿਹੜਾ ਪੰਜਾਬੀ ਸੂਬਾ ਮੋਰਚਾ ਜਿੰਦਾਬਾਦ ਦਾ ਨਾਹਰਾ ਲਾਉਂਦਾ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ ਤੇ ਹੁਣ ਦੇ ਸਮੇਂ ਦੇ ਵਿੱਚ ਜਿਹੜਾ ਖਾਲਿਸਤਾਨ ਦਾ ਨਾਹਰਾ ਲਾਉਂਦਾ ਹੈ ਖਾਲਿਸਤਾਨ ਜਿੰਦਾਬਾਦ ਕਹਿੰਦਾ ਸੀ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਜੇਲ੍ਹਾਂ ਵਿੱਚ ਸੱਟ ਦਿੱਤਾ ਜਾਂਦਾ ਸੀ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਉਥੇ ਲੜ ਕੇ ਉਸ ਧਰਤੀ ਦੇ ਉੱਤੇ ਰਹਿ ਕੇ ਗੱਲ ਸਿੱਖਾਂ ਦੀ ਝੂਠੇ ਮੁਕਾਬਲਿਆਂ ਦੀ ਵਾਚ ਚੱਕੀ ਪਾਰਲੀਮੈਂਟ ਦੇ ਵਿੱਚ ਗਏ ਉਥੇ ਦੇ ਕਾਨੂੰਨ ਅਦਾਲਤਾਂ ਦੇ ਵਿੱਚ ਕੇਸ ਲੜੇ ਤੇ ਢੱਲਲੇ ਦੇ ਨਾਲ ਇਹ ਕਾਨੂੰਨ ਪਾਸ ਕਰਵਾਇਆ ਕਿ ਕੋਈ ਵੀ ਬੰਦਾ ਖਾਲਿਸਤਾਨ ਦਾ ਨਾਅਰਾ ਲਾ ਸਕਦਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਪੋਲੀਟੀਕਲ ਤਰੀਕੇ ਡੈਮੋਕਰੇਟਿਕ ਤਰੀਕੇ ਦੇ ਨਾਲ ਇਹ ਉਹਦਾ ਬਣਦਾ ਹੱਕ ਹੈ ਤੇ ਕਿਸੇ ਦੇ ਉੱਤੇ ਕੋਈ ਵੀ ਪਰਚਾ ਨਾ ਪਾਵੇ ਝੂਠੇ ਪਰਚੇ ਪੈਂਦੇ ਨੇ ਪਰ ਜਦੋਂ ਅਦਾਲਤ ਦੇ ਵਿੱਚ ਪੇਸ਼ ਹੁੰਦੇ ਆ ਤੇ ਅੰਤ ਨੂੰ ਜਿਹੜਾ ਬੰਦਾ ਵੀ ਕੋਈ ਖਾਲਿਸਤਾਨ ਦੇ ਨਾਅਰਾ ਲਾਉਣ ਪਿੱਛੇ ਗ੍ਰਿਫਤਾਰ ਕੀਤਾ ਜਾਂਦਾ ਸੀ ਉਹ ਰਿਹਾ ਹੋ ਜਾਂਦਾ ਸੀ ਤਾਂ ਹੁਣ ਵੀ ਸਮੇਂ ਦੇ ਵਿੱਚ ਇਸ ਸਮੇਂ ਦੇ ਵਿੱਚ ਜਿੱਥੇ ਧੱਕਾ ਦਾ ਚੱਲਦਾ ਹੈ ਸਰਕਾਰਾਂ ਜਿਹੜੀਆਂ ਪੁਲਿਸ ਹੈ ਉਹ ਗ੍ਰਿਫਤਾਰ ਕਰਦੀ ਹੈ ਪਰ ਜਦੋਂ ਕੋਟਾਂ ਦੇ ਵਿੱਚ ਆਉਂਦਾ ਹੈ ਤਾਂ ਸਬੂਤਾਂ ਦੀ ਘਾਟ ਕਰ ਨੂੰ ਨੌਜਵਾਨ ਉਹ ਕਿਤੇ ਨਾ ਕਿਤੇ ਬਰੀ ਹੋ ਜਾਂਦੇ ਨੇ ਉਸਿਮਰਜੀਤ ਸਿੰਘ ਮਾਨ ਹੋਣਾ ਨੇ ਉਸ ਚੀਜ਼ ਦੇ ਲਈ ਸੰਘਰਸ਼ ਕੀਤਾ ਖਾਲਸਤਾਨ ਦੇ ਨਾਂ ਨੂੰ ਜਿਉਂਦਾ ਰੱਖਿਆ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਇਹ ਕੇਸ ਵੀ ਲੜੇ ਜਿੱਤ ਪ੍ਰਾਪਤ ਕੀਤੀ ਢੱਲਲੇ ਦੇ ਨਾਲ ਤੇ ਜੋਰ ਸ਼ੋਰ ਦੇ ਨਾਲ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਜਦੋਂ ਝੂਠੇ ਮੁਕਾਬਲੇ ਬਣਾਏ ਜਾਣ ਲੱਗੇ 92 94 ਤੋਂ ਬਾਅਦ ਜਿਨ੍ਹਾਂ ਦੇ ਘਰੋਂ ਵੀ 1984 ਤੋਂ ਬਾਅਦ ਹੰਤ ਜਰਨੈਲ ਸਿੰਘ ਉਹਨਾਂ ਦੀ ਤਸਵੀਰ ਪ੍ਰਾਪਤ ਹੁੰਦੀ ਸੀ ਤਸਵੀਰ ਲਈ ਜਾਂਦੀ ਸੀ ਤਾਂ ਉਸ ਨੌਜਵਾਨ ਦਾ ਝੂਠਾ ਮੁਕਾਬਲਾ ਤੱਕ ਬਣਾਇਆ ਗਿਆ ਜੀਲਾਂ ਦੇ ਵਿੱਚ ਝੂਠੇ ਕੇਸ ਪਾ ਕੇ ਸਿੱਟਿਆ ਗਿਆ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸੰਘਰਸ਼ ਨਾਲ ਪੰਥ ਦੇ ਹਮਾਇਤ ਦੇ ਨਾਲ ਪੰਥ ਦੀ ਹਮਾਇਤ ਦੇ ਨਾਲ ਤੇ ਹੋਰ ਜਥੇਬੰਦੀਆਂ ਦੀ ਹਮਾਇਤ ਦੇ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਮ ਨੂੰ ਜਿਉਂਦਾ ਰੱਖਿਆ ਜਦੋਂ ਪੰਥ ਦੇ ਵਿੱਚ ਇੱਕ ਤੜਾ ਸੰਤ ਜਰਨੈਲ ਸਿੰਘ ਨੂੰ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਮੰਨਦਾ ਹੈ ਤਾਂ ਉਦੋਂ ਇਹਵਾਦ ਵਾਅ ਸੀ ਕਿ ਸੰਤ ਚੜ੍ਹਦੀ ਕਲਾ 'ਚ ਨੇ ਜਾਂ ਸੰਤ ਸ਼ਹੀਦ ਹੋ ਗਏ ਨੇ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਕਿਉਂਕਿ ਉਹ ਚਾਹੁੰਦੇ ਸੀ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਨਾਂ ਹਰ ਇੱਕ ਦੇ ਦਿਮਾਗ ਹਰ ਇੱਕ ਦੇ ਦਿਲ ਦੇ ਵਿੱਚ ਜਾਵੇ ਦੁਨੀਆ ਪੱਦਰ ਦੇ ਉੱਤੇ ਜਾਵੇ ਕਿਉਂਕਿ ਸਰਕਾਰ ਤਾਂ ਚਾਹੁੰਦੀ ਸੀ ਸੰਤ ਜਰਨੈਲ ਸਿੰਘ ਉਹਨਾਂ ਦਾ ਨਾਮ ਉੱਬਰ ਕੇ ਸਾਹਮਣੇ ਨਾ ਆਵੇ ਤਾਂ ਸਿਮਰਨਜੀਤ ਸਿੰਘ ਜੀ ਮਾਨ ਨੇ ਵਿਚਾਰ ਲੜਾ ਰਾਹ ਲੱਭਿਆ ਉਹਨਾਂ ਨੇ 12 ਫਰਵਰੀ ਦਾ ਦਿਨ ਨਿਸ਼ਚਿਤ ਕੀਤਾ ਹਾਲਾਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਾ ਜਨਮ ਤਾਂ 2 ਜੂਨ ਨੂੰ ਹੈ ਕਿਉਂਕਿ ਉਹ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਸ਼ਹੀਦੀ ਦਿਹਾੜਿਆਂ ਦਾ ਦਿਨ ਹੁੰਦਾ ਹੈ ਉਹ ਦਿਨ ਫਰਵਰੀ 12 ਫਰਵਰੀ ਦਾ ਦਿਨ ਚੂਜ਼ ਕੀਤਾ ਸੰਤ ਜਰਨੈਲ ਸਿੰਘ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਤੇ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸ਼ਹੀਦੀ ਧਰਤੀ ਦੇ ਉੱਤੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਸ਼ਹੀਦਾਂ ਨੂੰ ਯਾਦ ਕੀਤਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਹਰ ਆਏ ਸਾਲ ਜਿੱਥੇ ਲੋਕਾਂ ਦੀ ਗਿਣਤੀ ਵਧਦੀ ਜਾਂਦੀ ਹੈ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਨਾਮ ਸਰਦਾਰ ਸਿਮਰਨ ਸਿੰਘ ਮਾਨ ਨੇ ਜਿਉਂਦਾ ਰੱਖਿਆ ਜਿਉਂਦਾ ਕੀਤਾ ਲੋਕਾਂ ਚ ਲੈ ਕੇ ਗਏ ਤਾਂ ਅੱਜ ਸ਼ਰਿਆਮ ਉਸ ਸੰਘਰਸ਼ ਸਿਮਰਨ ਸਿੰਘ ਮਾਨ ਦੇ ਸੰਘਰਸ਼ ਦੇ ਬਦੌਲਤ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਉੱਤੇ ਗਾਣੇ ਬਣਨੇ ਸ਼ੁਰੂ ਹੋਏ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਟੀ-ਸ਼ਰਟਾਂ ਬਣਨੀਆਂ ਸ਼ੁਰੂ ਹੋਈਆਂ ਤੇ ਅੱਜ ਹਰ ਟਰੈਕਟਰ ਮੋਟਰਸਾਈਕਲ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੁੰਦੀ ਹੈ ਇੱਕ ਪੱਤਰਕਾਰ ਨੇ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਸਰਵੇ ਕੀਤਾ ਸੀ ਕੀ ਕੀਸਾ ਗੱਡੀਆਂ ਦੇ ਉੱਤੇ ਕਿਸ ਬੰਦੇ ਦੀਆਂ ਤਸਵੀਰਾਂ ਜ਼ਿਆਦਾ ਆਉਂਦੀਆਂ ਨੇ ਉਹਨਾਂ ਦੇ ਚਾਰ ਜਾਣਿਆਂ ਦੇ ਨਾਮ ਆਏ ਸੀ ਇੱਕ ਨਾਮ ਆਇਆ ਗਰਦਾਸ ਮਾਨ ਦਾ ਉਸ ਤੋਂ ਉੱਤੇ ਜ਼ਿਆਦਾ ਸਟickerਾਂ ਦੇ ਵਿੱਚ ਨਾਮ ਆਇਆ ਬੱਬੂ ਮਾਨ ਦਾ ਇਹ ਦੋ ਨਾਮ ਇਸ ਖੇਤਰ ਦੇ ਵਿੱਚ ਕਿਤੇ ਵੀ ਨਹੀਂ ਆਉਂਦੇ ਇਹਨਾਂ ਨੂੰ ਪਾਸੇ ਕੱਢੀਏ ਤੇ ਦੋ ਹੋਰ ਨਾਮ ਸਾਹਮਣੇ ਆਏ ਸੀ ਭਗਤ ਸਿੰਘ ਦਾ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਾ ਭਗਤ ਸਿੰਘ ਉਹਨਾਂ ਦੀ ਤਸਵੀਰ ਜਿਹੜੀ ਲੱਗੀ ਹੋਈ ਸੀ ਸੰਤ ਜਰਨੈਲ ਸਿੰਘ ਉਹ ਬਿਲਕੁਲ ਕਿਤੇ ਨਾ ਕਿਤੇ ਬਰੋਬਰ ਗਿਣਤੀ ਦੇ ਵਿੱਚ ਆਈ ਭਗਤ ਸਿੰਘ ਦੀ ਜਿਹੜੀ ਤਸਵੀਰ ਸੀ ਉਹਦੇ ਪਿੱਛੇ ਹਾਲਾਂਕਿ ਭਗਤ ਸਿੰਘ ਦੀ ਤਸਵੀਰ ਲਾਉਣ ਨਾਲ ਥੋੜੇ ਦੇ ਕੋਈ ਕੇਸ ਨਹੀਂ ਪੈਂਦਾ ਤੇ ਉਹਦੇ ਲਈ ਕਿਤੇ ਨਾ ਕਿਤੇ ਸਰਕਾਰੀ ਹਮਾਇਤ ਵੀ ਦੀ ਸਰਕਾਰ ਸਟicker ਵੰਡਦੀ ਹੈ ਤਸਵੀਰਾਂ ਵੰਡਦੀਆਂ ਨੇ ਬਹੁਤ ਸਾਰੀਆਂ ਉੱਥੇ ਜਿਹੜੀਆਂ ਸੁਸਾਇਟੀਆਂ ਨੇ ਜਿਹੜੀਆਂ ਭਗਤ ਸਿੰਘ ਦੀਆਂ ਤਸਵੀਰਾਂ ਵੰਡਦੀਆਂ ਤੇ ਉਹਦੇ ਲਈ ਕੋਈ ਕੇਸ ਨਹੀਂ ਕੋਈ ਮਨਾਹੀ ਨਹੀਂ ਤੇ ਨਾਲ ਸੰਤ ਜਰਨੈਲ ਸਿੰਘ ਦੀ ਭਿੰਡਰਾਲੇ ਤਸਵੀਰ ਜਿਨ੍ਹਾਂ ਦੀ ਤਸਵੀਰ ਲਾਉਣ ਦੇ ਉੱਤੇ ਕੇਸ ਪਾਏ ਜਾਂਦੇ ਸੀ ਤੇ ਪਰ ਉਹ ਜਦੋਂ ਬਹੁਤ ਸਾਰ ਇਹ ਜਿਹੇ ਘੱਟ ਦੁਕਾਨਾਂ ਸੀ ਜਿੱਥੋਂ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਮਿਲਦੀਆਂ ਸੀ ਪਰ ਫੇਰ ਵੀ ਲੋਕਾਂ ਨੇ ਉਹ ਖਰੀਦ ਕੇ ਆਪਣੀਆਂ ਮੋਟਰਸਾਈਕਲਾਂ ਕਾਰਾਂ ਦੇ ਉੱਤੇ ਲਾਈਆਂ ਤੇ ਸੰਤ ਜਰਨੈਲ ਸਿੰਘ ਜੀ ਹੋਣਾ ਦੀ ਸ਼ਖਸੀਅਤ ਉੱਥੇ ਪਹੁੰਚੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਹੈ ਜਦੋਂ ਵੀ ਪੰਥ ਦੇ ਭੀੜ ਪਈ ਹੈ ਉਹ ਖੜੇ ਨੇ ਭਾਈ ਸੁੱਖੇ ਜਿੰਦੇ ਦੀ ਜਦੋਂ ਫਾਂਸੀ ਦੀ ਗੱਲ ਹੁੰਦੀ ਹੈ ਤਾਂ ਸਿਮਰਨਜੀਤ ਸਿੰਘ ਮਾਨ ਇੱਕ ਰੈਟ ਪਾਉਂਦੇ ਨੇ ਭਾਈ ਪਰ ਜਦੋਂ ਭਾਈ ਸੁਖਾ ਜੀ ਭਾਈ ਜਿੰਦਾ ਜੀ ਇਹ ਸੁਨੇਹਾ ਭੇਜਦੇ ਨੇ ਕਿ ਵੀ ਆ ਸਾਡੇ ਲਈ ਕਿਸੇ ਵੀ ਸਰਕਾਰ ਨੂੰ ਬੇਨਤੀ ਜਾਂ ਕੋਈ ਲੈਟਰ ਜਾਂ ਅਰਜੀ ਲਿਖਣ ਦੀ ਲੋੜ ਨਹੀਂ ਅਸੀਂ ਸ਼ਹਾਦਤ ਪ੍ਰਾਪਤ ਕਰਨੀ ਹੈ ਅਸੀਂ ਗੁਰੂ ਮਹਾਰਾਜ ਦੇ ਕੋਲੇ ਅਰਦਾਸ ਕਰ ਚੁੱਕੇ ਆਂ ਦਾ ਸਿਮਰਿੰਜ ਸਿੰਘ ਮਾਨ ਉਹਨਾਂ ਦਾ ਕਹਿਣਾ ਮੰਨਦੇ ਨੇ ਸਰਕਾਰ ਵੀ ਉਧਰੋਂ ਉਹ ਕੇਸ ਰਿਜੈਕਟ ਕਰ ਦਿੱਤੀ ਤੇ ਉਹ ਉਹਨਾਂ ਦਾ ਕਹਿਣਾ ਮੰਨਦੇ ਸੀ ਤੇ ਜਦੋਂ ਜਥੇਦਾਰ ਗਰਜੰਟ ਸਿੰਘ ਜੀ ਦਾ ਝੂਠਾ ਮੁਕਾਬਲਾ ਬਣਾਇਆ ਜਾਂਦਾ ਹੈ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ ਤਾਂ ਭਾਰਤ ਤੇ ਲੁਧਿਆਣੇ ਦੇ ਵਿੱਚ ਬਹੁਤ ਵੱਡੀਆਂ ਹਿੰਦੂ ਜਥੇਬੰਦੀਆਂ ਉਹ ਜਥੇਬੰਦੀਆਂ ਜਿਹੜੀਆਂ ਖੁਦ ਨੂੰ ਹਿੰਦੂ ਧਰਮ ਦੇ ਮੋਰੀਆਂ ਦੇ ਵਿੱਚ ਗਿੰਦੀਆਂ ਨੇ ਸ਼ੈਵ ਸੈਨਾ ਵਾਲੇ ਬਜਰੰਗ ਦਲ ਵਾਲੇ ਹਿੰਦੂ ਅਖਲ ਸਭਾ ਅਜਿਹੀਆਂ ਨੇ ਉਹਨਾਂ ਨੇ ਲੱਡੂ ਵੰਡੇ ਢੋਲ ਵਜਾਇਆ ਤਾਂ ਉਦੋਂ ਸਿਮਰਨ ਸਿੰਘ ਮਾਨ ਹੋਣਾ ਨੇ ਖੁੱਲ ਕੇ ਉਸ ਗੱਲ ਦਾ ਵਿਰੋਧ ਕੀਤਾ ਤੇ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਸਾਨੂੰ ਦੱਸੋ ਅਸੀਂ ਆਉਨੇ ਆ ਤੇ ਫੇਰ ਸਾਡੇ ਮੂਰੇ ਢੋਲ ਵਜਾ ਕੇ ਦਿਖਾਓ ਲੱਡੂ ਵੰਡ ਕੇ ਦਿਖਾਓ ਸਾਡੇ ਜਥੇਦਾਰ ਪੰਜਾਬ ਦੇ ਰਾਖੇ ਪੰਜਾਬ ਦੇ ਪੁੱਤ ਛੀਦ ਹੁੰਦੇ ਨੇ ਤੇ ਤੁਸੀਂ ਜਸ਼ਨ ਮਨਾਉਨੇਓ ਇਹ ਗੱਲ ਉਹਦੋ ਠੋਕ ਕੇ ਸਿਮਰਿੰਦ ਸਿੰਘ ਮਾਨ ਨੇ ਕਹੀ ਸੀ ਤੇ ਜਦੋਂ ਅਡਵਾਨੀ ਪੂਰੇ ਭਾਰਤ ਦੇ ਵਿੱਚ ਇਹ ਐਲਾਨ ਕਰਦਾ ਹੈ ਜਦੋਂ ਬਾਬਰੀ ਮਸਜਿਦ ਦਾ ਮਸਲਾ ਆਉਂਦਾ ਹੈ ਤਾਂ ਉਹ ਰੱਥ ਯਾਤਰਾ ਕੱਢਦੇ ਨੇ ਤੇ ਪੂਰੇ ਭਾਰਤ ਦੇ ਵਿੱਚ ਉਹਨਾਂ ਦੀ ਰੱਥ ਯਾਤਰਾ ਸਫਲ ਹੁੰਦੀ ਹੈ ਜਦੋਂ ਪੰਜਾਬ ਦੀ ਧਰਤੀ ਦੇ ਆਉਂਦੇ ਨੇ ਅਡਵਾਨੀ ਤੇ ਉਹਨਾਂ ਦਾ ਤੰਤਰ ਜਿਹੜਾ ਪੰਜਾਬ ਦੀ ਧਰਤੀ ਆਉਂਦੇ ਤੇ ਬਾਦਲ ਦਲ ਉਹਨਾਂ ਦੀ ਹਮਾਇਤ ਕਰਦਾ ਹੈ ਹਰ ਸਿਮਰਤ ਕੌਰ ਬਾਦਲ ਅਡਵਾਨੀ ਦੇ ਨਾਲ ਉਸ ਰੱਥ ਦੇ ਵਿੱਚ ਜਾਂਦੀ ਹੈ ਉਸ ਦੇ ਕਾਫਲੇ ਦੇ ਵਿੱਚ ਜਾਂਦੀ ਹੈ ਤਾਂ ਇੱਕੋ ਇੱਕ ਪਾਰਟੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਡਵਾਨੀ ਦੇ ਉਸ ਰੱਥ ਦੇ ਪਹੀਏ ਦੇ ਵਿੱਚ ਨੀਜਾ ਮਾਰਦਾ ਹੈ ਤੇ ਉਸ ਰੱਥ ਦੀ ਰੱਥ ਯਾਤਰਾ ਫੇਲ ਹੁੰਦੀ ਹੈ ਇੱਕੋ ਇੱਕ ਧਰਤੀ ਪੰਜਾਬ ਦੀ ਧਰਤੀ ਜਿੱਥੇ ਅਡਵਾਨੀ ਨੂੰ ਚੈਲੰਜ ਮਿਲਦਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਜਦੋਂ ਚੈਲੰਜ ਕਰਕੇ ਆਉਂਦਾ ਹੈ ਤਾਂ ਉਹਨੂੰ ਮੋੜਦੇ ਨੇ ਇਥੋਂ ਪੰਜਾਬ ਦੇ ਪੁੱਤ ਵਾਂਗ ਮੂਰੇ ਹੁੰਦੇ ਜਦੋਂ ਪੋਰਸ ਚੜ ਕੇ ਜਦੋਂ ਸਕੰਦਰ ਦੁਨੀਆ ਜਿੱਤਣ ਦਾ ਦਾਵਾ ਕਰਕੇ ਆਉਂਦਾ ਹੈ ਤਾਂ ਪੰਜਾਬ ਦੀ ਧਰਤੀ ਦੇ ਉਹਨੂੰ ਪੋਰਸ ਟੱਕਰਦਾ ਹੈ ਤੇ ਉਹਦਾ ਹੰਕਾਰ ਤੋੜਦਾ ਹੈ ਤਾਂ ਉਸੇ ਤਰ੍ਹਾਂ ਹੀ ਜਦੋਂ ਅਡਵਾਨੀ ਚੜ ਕੇ ਆਉਂਦਾ ਹੈ ਤਾਂ ਉਸਦਾ ਹੰਕਾਰ ਸਰਦਾਰ ਸਿਮਰਿੰਜ ਸਿੰਘ ਮਾਨ ਤੋੜਦੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਸਰਦਾਰ ਸਿਮਰਿੰਜ ਸਿੰਘ ਮਾਨ ਜਦੋਂ ਵੀ ਕੋਈ ਨੌਜਵਾਨ ਗ੍ਰਿਫਤਾਰ ਹੁੰਦਾ ਹੈ ਭਾਰਤ ਦੀ ਧਰਤੀ ਦੇ ਉੱਤੇ ਹਿੰਦੁਸਤਾਨ ਦੀ ਧਰਤੀ ਤੇ ਪੰਜਾਬ ਦੀ ਧਰਤੀ ਦੇ ਉੱਤੇ ਉਦੋਂ ਉਸ ਪਰਿਵਾਰ ਦੇ ਨਾਲ ਖੜਦੇ ਨੇ ਉਹ ਪੜਾ ਭਾਈ ਜਗਤਾਰ ਸਿੰਘ ਦੀ ਤਾਰਾ ਦਾ ਪਰਿਵਾਰ ਹੋਵੇ ਭਾਈ ਹਵਾਰਾ ਦਾ ਪਰਿਵਾਰ ਹੋਵੇ ਪ੍ਰੋਫੈਸਰ ਪੁੱਲਰ ਸਾਹਿਬ ਦਾ ਪਰਿਵਾਰ ਹੋਵੇ ਹੋਰ ਵੀ ਜਿਹੜੇ ਹਜ਼ਾਰਾਂ ਨੌਜਵਾਨ ਨੇ ਜਿਨ੍ਹਾਂ ਦੇ ਝੂਠੇ ਮੁਕਾਬਲੇ ਬਣਾਏਗੇ ਉਹਨਾਂ ਦੇ ਨਾਲ ਹੋਵੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨੌਜਵਾਨ ਸ਼ਹੀਦ ਹੋਏ ਨੇ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਸ਼ੁਰੂ ਕੀਤੇ ਸਰਦਾਰ ਸਿਧੰਤ ਸਿੰਘ ਮਾਨ ਨੇ ਪਰਿਵਾਰ ਤਸ਼ੱਦਦ ਦੇ ਕਰਕੇ ਡਰੇ ਹੋਏ ਸੀ ਫਾਈਨੈਂਸ਼ੀਅਲੀ ਤੌਰ ਤੇ ਕਮਜ਼ੋਰ ਸੀ ਪਰ ਸਿਮਰਨ ਸਿੰਘ ਮਾਨ ਨੇ ਉਹਨਾਂ ਪਰਿਵਾਰਾਂ ਦਾ ਸਾਥ ਦਿੱਤਾ ਫਾਈਨੈਂਸ਼ੀਅਲੀ ਤੌਰ ਤੇ ਵੀ ਦਿੱਤਾ ਤੇ ਨਾਲ ਖੜੇ ਨੇ ਸ਼ਹੀਦੀ ਦਿਹਾੜੇ ਮਨਾਉਣੇ ਪੰਜਾਬ ਦੀ ਧਰਤੀ ਦੇ ਉੱਤੇ ਸ਼ੁਰੂ ਕੀਤੇ ਉਹਨਾਂ ਨੌਜਵਾਨਾਂ ਦੇ ਜੋ ਪੰਜਾਬ ਦੀ ਰਾਖੀ ਕਰਦੇ ਆ ਪੰਜਾਬ ਦੇ ਹੱਕਾਂ ਦੀ ਰਾਖੀ ਕਰਦੇ ਆ ਸ਼ਹੀਦ ਹੋਏ ਸਰਦਾਰ ਸਿਮਰਨਜੀਤ ਸਿੰਘ ਮਾਨ ਜੇ ਵੋਟਾਂ ਦੀ ਗੱਲ ਕਰੀਏ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਨੇ ਕਿ ਵੋਟਾਂ ਨਾਲ ਖਾਲਿਸਤਾਨ ਨਹੀਂ ਬਣਨਾ ਜੋ ਸਿਮਰਨ ਸਿੰਘ ਮਾਨ ਜਿਹੜੇ ਨੇ ਉਹ ਵੋਟਾਂ ਦੇ ਵਿੱਚ ਖਾਲਸਾਣ ਦੀ ਮੰਗ ਕਰਦੇ ਨੇ ਇਹ ਉਸੇ ਕਨਸਟੀਟਿਊਸ਼ਨ ਹੇਠ ਲੜੀਆਂ ਜਾ ਰਹੀਆਂ ਨੇ ਇਹ ਗਲਤ ਰਾਏ ਸ਼ਾਇਦ ਉਹ ਲੋਕ ਕਹਿ ਸਕਦੇ ਨੇ ਜਿਨ੍ਹਾਂ ਨੂੰ ਸਿਆਸਤ ਦੀ ਸਮਝ ਨਾ ਹੋਵੇ ਜਾਂ ਸੁਣੀਆਂ ਸੁਣਾਈਆਂ ਗੱਲਾਂ ਜਦੋਂ ਖਾਲਸਾਣ ਦੀ ਗੱਲ ਕਰਦੇ ਆ ਇੱਕ ਸਟੇਟ ਹੁੰਦੀ ਹੈ ਸਟੇਟ ਦੇ ਕੋਲੇ ਇਹ ਜ਼ਿੰਮੇਵਾਰੀ ਹੁੰਦੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਆਧਾਰਨ ਦੇ ਤੌਰ ਤੇ ਪ੍ਰੋਫੈਸਰ ਪੁੱਲਰ ਸਾਹਿਬ ਦਿੱਲੀ ਦੀ ਜੇਲ੍ਹ ਦੇ ਵਿੱਚ ਕੈਦ ਨੇ ਅਗਵਾ ਕਰਕੇ ਕਹਿ ਸਕਦੇ ਰੱਖਿਆ ਹੋਇਆ ਤੇ ਕੇਜਰੀਆਲ ਕੋਲੇ ਸਾਰੇ ਰਾਈਟ ਨੇ ਕਿਉਂਕਿ ਸਟੇਟ ਗਵਰਨਮੈਂਟ ਹੈ ਤੇ ਉਹ ਜੋ ਮਰਜ਼ੀ ਝੂਠ ਬੋਲੀ ਜਾਵੇ ਵਿਕੀਪੀਡੀਆ ਚੈੱਕ ਕਰ ਸਕਦੇ ਹੋ ਤੁਸੀਂ ਰੈਟ ਪਾ ਸਕਦੇ ਹੋ ਭਾਰਤ ਦੇ ਕਨਸਟੀਟਿਊਸ਼ਨ ਦੇ ਅਕੋਰਡਿੰਗ ਚੈੱਕ ਕਰ ਸਕਦੇ ਹੋ ਜੇਲਾਂ ਜਿਹੜੀਆਂ ਕੇਜਰੀਆਲ ਦੇ ਅੰਡਰ ਆਉਂਦੀਆਂ ਨੇ ਵਿਕੀਪੀਡੀਆ ਚੈੱਕ ਕਰੋ ਤੁਹਾਨੂੰ ਸੌਖਾ ਹੀ ਮਿਲ ਜਾਊਗਾ ਤਿਹਾਰਡ ਜੇਲ੍ਹ ਲਿਖ ਕੇ ਉੱਥੇ ਕੇਜਰੀਆਲ ਦਾ ਨਾਂ ਹੋਊਗਾ ਕਿ ਸਾਰਾ ਜਿਹੜਾ ਜੇਲ੍ਹ ਦਾ ਤਾਮਾ ਜਾਮਾ ਉਹਦੇ ਅੰਡਰ ਆਉਂਦਾ ਹੈ ਤੇ ਖੈਰ ਉਹ ਕੇਜਰੀਆਲ ਪ੍ਰੋਫੈਸਰ ਭੁੱਲਰ ਸਾਹਿਬ ਨੂੰ ਜਦੋਂ ਮਰਜ਼ੀ ਰਿਹਾ ਕਰ ਸਕਦਾ ਹੈ ਇਹ ਸਾਡੇ ਸਾਹਮਣੇ ਹੈ ਆਧਾਰਨਾ ਮਿਲ ਗਈਆਂ ਨੇ ਵਕੀਲ ਜਸਪਾਲ ਸਿੰਘ ਮੰਜਪੁਰ ਉਹਨਾਂ ਨੇ ਬਹੁਤ ਸਾਰੀਆਂ ਆਧਾਰਨਾ ਕਾਨੂੰਨੀ ਤੌਰ ਦੇ ਉੱਤੇ ਪੇਪਰ ਵੀ ਪੇਸ਼ ਕਰ ਦਿੱਤੇ ਨੇ ਸੋ ਸਰਦਾਰ ਸਿਮਰਿੰਜ ਸਿੰਘ ਮਾਨ ਦੀ ਜੇ ਪਾਰਟੀ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਜੋ ਨੌਜਵਾਨ ਨੇ ਜੋ ਝੂਠੇ ਕੇਸਾਂ ਦੇ ਵਿੱਚ ਨੇ ਜੋ ਸਜ਼ਾ ਪੂਰੀਆਂ ਕਰ ਚੁੱਕੇ ਨੇ ਉਹ ਉਹਨਾਂ ਨੂੰ ਪੰਜਾਬ ਦੀ ਗਵਰਨਮੈਂਟ ਜਦੋਂ ਮਰਜ਼ੀ ਰਿਹਾ ਕਰ ਸਕਦੀ ਹੈ ਇਹ ਫਾਇਦਾ ਹੋਵੇਗਾ ਪੰਜਾਬ ਦੇ ਵਿੱਚ ਸਰਦਾਰ ਸਿਮਰਿੰਜ ਸਿੰਘ ਮਾਨ ਦੀ ਪਾਰਟੀ ਆਉਣ ਦਾ ਦੂਜਾ ਫਾਇਦਾ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਨੇ ਉਹ ਰੁਕਣਗੀਆਂ ਕਿਉਂਕਿ ਸਟੇਟ ਗਵਰਨਮੈਂਟ ਦੀ ਇੰਟੈਲੀਜੈਂਸੀ ਸਟੇਟ ਗਵਰਨਮੈਂਟ ਦਾ ਸਿਸਟਮ ਉਸ ਚੀਜ਼ ਲਈ ਜ਼ਿੰਮੇਵਾਰ ਹੁੰਦਾ ਹੈ ਜੋ ਪੰਜਾਬ ਦੇ ਵਿੱਚ ਹੁੰਦਾ ਹੈ ਸੋ ਇਹ ਬੇਅਦਬੀਆਂ ਰੁਕਣਗੀਆਂ ਪੰਜਾਬ ਦੇ ਵਿੱਚ ਜਦੋਂ ਕਿਸਾਨਾਂ ਦੀ ਗੱਲ ਕਰੀਏ ਜੇ ਕਿਸਾਨਾਂ ਦੇ ਉੱਤੇ ਜਿਹੜਾ ਕਰਜ਼ਾ ਹੈ ਉਹ ਸਟੇਟ ਗਵਰਨਮੈਂਟ ਮਾਫ ਕਰੇਗੀ ਉਹ ਪ੍ਰਧਾਨ ਮੰਤਰੀ ਦੇ ਨਾਲ ਉੱਥੇ ਦੇ ਸਿਸਟਮ ਦੇ ਨਾਲ ਗੱਲਬਾਤ ਕਰੇਗੀ ਇਹ ਫਾਇਦਾ ਹੋਵੇਗਾ ਪੰਜਾਬ ਦੇ ਵਿੱਚ ਸਿਮਰੰਜ ਸਿੰਘ ਮਾਨ ਦੀ ਗਵਰਨਮੈਂਟ ਆਉਣ ਦਾ ਤੇ ਜਦੋਂ ਇਹ ਚੀਜ਼ਾਂ ਆਉਣ ਗਿਆ ਤਾਂ ਆਪੇ ਹੀ ਖਾਲਸਾਣ ਦੀ ਜਿਹੜੀ ਆਜ਼ਾਦੀ ਦੇ ਵੱਲ ਲੋਕ ਵੱਧ ਜਾਣਗੇ ਸੰਤ ਜਰਨੈਲ ਸਿੰਘ ਹੁਣਾਂ ਦਾ ਨਾਮ ਜਿਹੜਾ ਉਹ ਵੱਧ ਜਾਵੇਗਾ ਕਿਉਂਕਿ ਜਿਹੜਾ ਕਿਸਾਨੀ ਮੋਰਚਾ ਹੋਇਆ ਉਹਦੇ ਵਿੱਚ ਅਸੀਂ ਦੇਖ ਹੀ ਲਿਆ ਕਿ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਤੋਂ ਪ੍ਰੇਰਿਤ ਨੌਜਵਾਨਾਂ ਨੇ ਹੀ ਦਿੱਲੀ ਦੇ ਵਿੱਚ ਜਾ ਕੇ ਨਿਸ਼ਾਨ ਸਾਹਿਬ ਚੜਾਇਆ ਸੀ ਜਦੋਂ ਸਾਰੀਆਂ ਪਾਰਟੀਆਂ ਸਾਰੇ ਲੀਡਰ ਸਾਰੀਆਂ ਸੁਸਾਇਟੀਆਂ ਸਾਰੇ ਜਿਹੜੇ ਸਮਾਜ ਸੇਵੀ ਨਿਸ਼ਾਨ ਸਾਹਿਬ ਤੋਂ ਪਗੋੜੇ ਹੋ ਗਏ ਸੀ ਖਾਲਸਾ ਹੀ ਰਵੈਤਾਂ ਤੋਂ ਪਗੋੜੇ ਹੋ ਗਏ ਸੀ ਉਦੋਂ ਸਿਰਫ ਤੇ ਸਿਰਫ ਸਿਮਰਨਜੀਤ ਸਿੰਘ ਮਾਨ ਉੱਭਰ ਕੇ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਜਿਹੜਾ ਕੇਸ ਪਾਉਣਾ ਤੁਸੀਂ ਨੌਜਵਾਨਾਂ ਨੂੰ ਛੱਡੋ ਮੇਰੇ ਦੇ ਪਾਓ ਉਹ ਨਿਸ਼ਾਨ ਸਾਹਿਬ ਮੈਂ ਚੜਾਇਆ ਹੈ ਤੇ ਉਹਨਾਂ ਨੇ ਉਸ ਸਮੇਂ ਖੁੱਲ ਕੇ ਉਹ ਸਾਰੇ ਪਰਿਵਾਰਾਂ ਦਾ ਉਹਨਾਂ ਸਿੰਘਾਂ ਦਾ ਉਹਨਾਂ ਨੌਜਵਾਨਾਂ ਦੀ ਹਮਾਇਤ ਕੀਤੀ ਜਿਨ੍ਹਾਂ ਦੇ ਉੱਤੇ ਉਸ ਸਮੇਂ ਭਾਰਤ ਸਰਕਾਰ ਨੇ ਪਰਚੇ ਪਾਏ ਸੀ ਜਿਨ੍ਹਾਂ ਨੂੰ ਕਾਮਰੇਡ ਲੀਡਰਾਂ ਨੇ ਮੋਸਟ ਵਾਂਟਡ ਤੇ ਸਭ ਤੋਂ ਖਤਰਨਾਕ ਲੋਕ ਕਹਿ ਕੇ ਪ੍ਰਚਾਰਿਆ ਸੀ ਹਰੇਕ ਪਾਰਟੀ ਨੇ ਉਸ ਸਮੇਂ ਨਿਸ਼ਾਨ ਸਾਹਿਬ ਦਾ ਵਿਰੋਧ ਕੀਤਾ ਉਹ ਭਗਵੰਤ ਮਾਨ ਹੋਵੇ ਉਹ ਪ੍ਰਕਾਸ਼ ਸਿੰਘ ਬਾਦਲ ਦਾ ਗਰੁੱਪ ਹੋਵੇ ਸਾਰਾ ਬਾਦਲਦਾਲ ਹੋਵੇ ਕਾਂਗਰਸੀਆਂ ਦਾ ਟੋਲਾ ਹੋਵੇ ਚੰਨੀ ਤੋਂ ਲੈ ਕੇ ਨਵਜੋਤ ਸਿੱਧੂ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਭਲਾ ਉਹ ਬੀਜੇਪੀ ਵਾਲੇ ਸਾਰੇ ਤੰਤਰ ਹੁਣ ਸਾਰਿਆਂ ਨੇ ਨਿਸ਼ਾਨ ਸਾਹਿਬ ਦਾ ਵਿਰੋਧ ਕੀਤਾ ਤੇ ਇੱਕੋ ਇੱਕ ਲੀਡਰ ਉਸ ਸਮੇਂ ਖੜਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਵਰਲਡ ਗਵਰਨਮੈਂਟ ਹੈ ਜੋ ਵਰਲਡ ਚਲਾਉਂਦੀ ਹੈ ਉਹਨਾਂ ਨੇ ਸਿੱਖਾਂ ਦਾ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਚੁਣਿਆ ਹੈ ਉਹਦੀ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ ਸਿੱਖਾਂ ਦੀ ਐਸਜੀਪੀਸੀ ਹੈ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹਨਾਂ ਦਾ ਸਾਰਾ ਟੋਲਾ ਆਪਣੇ ਆਪ ਨੂੰ ਸਿੱਖ ਹਮੇਤੀ ਪਾਰਟੀ ਅਖਵਾਉਂਦਾ ਏ ਕਾਂਗਰਸੀ ਵੀ ਜਿਹੜੇ ਨੇ ਉਹ ਖੁਦ ਨੂੰ ਸਿੱਖ ਹਮੇਤੀ ਅਖਵਾਉਂਦੇ ਨੇ ਕੇਜਰੀਆਲ ਵਾਲੇ ਵੀ ਸਿੱਖ ਹਮੇਤੀ ਅਖਵਾਉਂਦੇ ਨੇ ਪਰ ਜਿਹੜੀ ਵਰਲਡ ਗਵਰਨਮੈਂਟ ਹੈ ਜਿਨ੍ਹਾਂ ਦੀ ਅਧਾਰਨਾ ਦਿੱਤੀਆਂ ਜਾਂਦੀਆਂ ਕਿ ਗੋਰਿਆਂ ਨੂੰ ਫੋਲੋ ਕਰੋ ਢੱਡਰੀਆਂ ਵਾਲੇ ਵਰਗੇ ਕਹਿੰਦੇ ਨੇ ਹੋਰ ਬਹੁਤ ਲੋਕ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਗੋਰਿਆਂ ਨੂੰ ਫੋਲੋ ਕਰੋ ਗੋਰਿਆਂ ਨੂੰ ਫੋਲੋ ਕਰੋ ਉਹਨਾਂ ਦਾ ਸਿਸਟਮ ਵਧੀਆ ਹੈ ਉਹ ਗਵਰਨਮੈਂਟ ਜਿਹੜੀ ਹੈ ਵਰਲਡ ਗਵਰਨਮੈਂਟ ਜਿਹਨੂੰ ਗੋਰੇ ਚਲਾਉਂਦੇ ਨੇ ਅਮਰੀਕਾ ਚਲਾਉਂਦਾ ਹੈ ਇੰਗਲੈਂਡ ਚਲਾਉਂਦਾ ਹੈ ਇਜ਼ਰਾਈਲ ਚਲਾਉਂਦਾ ਹੈ ਅਜਿਹੇ ਦੇਸ਼ਾਂ ਦਾ ਤੰਤਰ ਯੂਨਾਈਟਿਡ ਨੇਸ਼ਨ ਚਲਾਉਂਦਾ ਹੈ ਉਹ ਗਵਰਨਮੈਂਟ ਸਿੱਖਾਂ ਦਾ ਲੀਡਰ ਮੰਨਦੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਿਉਂਕਿ ਜਿਹੜੇ ਵੀ ਬਾਹਰਲੇ ਮੁਲਕਾਂ ਦੇ ਵਿੱਚ ਸਿੱਖ ਜਾਂਦੇ ਨੇ ਰਹਿੰਦੇ ਨੇ ਪਿਛਲੇ ਬਹੁਤ ਸਮੇਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਨਾਲ ਸਿੱਖ ਪੱਕੇ ਹੋਏ ਨੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਲੈਟਰ ਲੈਂਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੈਟਰ ਵਿੱਚ ਲਿਖਦੇ ਨੇ ਕਿ ਇਹ ਬੰਦਾ ਹੈ ਇਹਨੂੰ ਪੰਜਾਬ ਦੀ ਧਰਤੀ ਦੇ ਉੱਤੇ ਖਤਰਾ ਹੈ ਫੇਰ ਉਹ ਲੈਟਰ ਜਿਹੜੀ ਐ ਬਾਹਰ ਲਿਆਂ ਸਰਕਾਰਾਂ ਮੰਨਦੀਆਂ ਨੇ ਕੋਈ ਵੀ ਬੰਦਾ ਭਲਾ ਉਹ ਪੰਜਾਬ ਦਾ ਐਸ ਸਮੇਂ ਜਿਵੇਂ ਚੰਨੀ ਐ ਉਹ ਸੀਐਮ ਐ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਸਾਈਨ ਦੀ ਕੋਈ ਲੈਟਰ ਲੈ ਲਵੋ ਕੋਈ ਵੀ ਦੇਸ਼ ਕਿਸੇ ਨੂੰ ਸਟੇ ਨਹੀਂ ਦੇਵੇਗਾ ਪਰ ਸਿਮਰਨ ਸਿੰਘ ਮਾਨ ਦੀ ਲੈਟਰ ਹੋਵੇ ਉਹ ਉੱਥੇ ਚੱਲੇਗੀ ਭਲਾ ਉਹ ਜਿੱਤਣ ਭਲਾ ਹਾਰਨ ਪਰ ਵਰਲਡ ਦੀ ਜਿਹੜੀ ਗਵਰਨਮੈਂਟ ਐ ਉਹ ਸਿੱਖਾਂ ਦਾ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਮਝਦੀ ਐ ਉਹਨਾਂ ਨੂੰ ਮੰਨਦੀ ਐ ਉਹਨਾਂ ਦੇ ਸਾਈਨ ਹੇਠ ਕੀਤੀ ਲੈਟਰ ਐ ਜਿਹੜੀ ਉਹ ਵਿਦੇਸ਼ਾਂ ਦੇ ਵਿੱਚ ਚੱਲਦੀ ਐ ਬਹੁਤ ਸਾਰੇ ਲੋਕ ਜਿਹੜੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਪੱਕੇ ਹੋ ਗਏ ਨੇ ਉਹਨਾਂ ਨੂੰ ਇਸ ਸਮੇਂ ਚਾਹੀਦਾ ਹੈ ਕਿ ਖੁੱਲ ਕੇ ਤਨ ਮਨ ਧਨ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਣ ਦਾ ਸਾਥ ਦੇਣ ਇਹ ਸਾਨੂੰ ਸਾਡੇ ਗੁਰੂਆਂ ਨੇ ਵੀ ਸਿਖਾਇਆ ਹੈ ਸਾਡਾ ਪੰਜਾਬੀ ਸੱਭਿਆਚਾਰ ਸਿਖਾਉਂਦਾ ਹੈ ਕਿ ਕਦੇ ਵੀ ਆਸਾਨ ਫਰاموش ਨਹੀਂ ਹੋਣਾ ਜੇ ਕਿਸੇ ਨੇ ਸਾਡੇ ਔਖੇ ਵੇਲੇ ਸਾਡਾ ਸਾਥ ਦਿੱਤਾ ਹੈ ਤਾਂ ਜਦੋਂ ਸਾਡਾ ਚੰਗਾ ਸਮਾਂ ਹੈ ਤਾਂ ਉਸ ਬੰਦੇ ਦੇ ਨਾਲ ਖੜਨਾ ਸਾਡਾ ਜਿਹੜਾ ਉਹ ਹੱਕ ਹੁੰਦਾ ਹੈ ਉਹ ਸਾਡਾ ਬੁਨਿਆਦੀ ਫਰਜ ਹੈ ਇਹ ਸਮਾਂ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜਨ ਦਾ ਗੱਲੀ ਬਾਤੀ ਪੰਜਾਬ ਦਾ ਭਲਾ ਨਹੀਂ ਹੋਣਾ ਗੱਲੀ ਬਾਤੀ ਪੰਜਾਬ ਦਾ ਪਾਣੀ ਨਹੀਂ ਮੁੜਨਾ ਗੱਲੀ ਬਾਤੀ ਐਜੂਕੇਸ਼ਨ ਸਿਸਟਮ ਨਹੀਂ ਸੁਧਰਨੇ ਤੇ ਗੱਲਾਂ ਬਾਤਾਂ ਦੇ ਨਾਲ ਹੀ ਉੱਥੇ ਹਸਪਤਾਲਾਂ ਦਾ ਸਿਸਟਮ ਵਧੀਆ ਨਹੀਂ ਹੋਣਾ ਉੱਥੇ ਜੇ ਖਾਲਸਿਆਂ ਦੀ ਸਿੱਖ ਰਵੈਤਾਂ ਅਨੁਸਾਰ ਚੱਲਣ ਵਾਲੀ ਪਾਰਟੀ ਆਵੇਗੀ ਫੇਰ ਹੀ ਪੰਜਾਬ ਦਾ ਭਲਾ ਹੋਵੇਗਾ ਕਿਉਂਕਿ ਬਾਕੀ ਜਿਹੜੀਆਂ ਸਟੇਟਾਂ ਨੇ ਬੰਬੇ ਹੋਣ ਦਿੱਲੀ ਹੋਵੇ ਯੂਪੀ ਹੋ ਤੁਸੀਂ ਲੱਖ ਆਧਾਰਨਾ ਦੇ ਦਿਓ ਪਰ ਪੰਜਾਬ ਦਾ ਜਿਹੜੀ ਭੂਗੋਲਿਕ ਸਥਿਤੀ ਹੈ ਉਹ ਸਾਰੀਆਂ ਸਟੇਟਾਂ ਦੇ ਨਾਲੋਂ ਵੱਖਰੀ ਹੈ ਸਾਰੇ ਮੁਲਕਾਂ ਦੇ ਨਾਲੋਂ ਵੱਖਰੀ ਹੈ ਸੋ ਜੇ ਤੁਹਾਨੂੰ ਫਿਕਰ ਹੈ ਪੰਜਾਬ ਦੇ ਪਾਣੀਆਂ ਦਾ ਪੰਜਾਬ ਦਾ ਉੱਥੇ ਲੁੱਟਖਸਟ ਨਸ਼ਾ ਮਕਾਉਣਾ ਹੈ ਤਾਂ ਅਜਿਹਾ ਲੀਡਰ ਤੁਹਾਨੂੰ ਚੁਣਨਾ ਪਵੇਗਾ ਜਿਹੜੇ ਬਾਹਰ ਬੈਠੇ ਨੇ ਨਹੀਂ ਵੋਟ ਪਾ ਸਕਦੇ ਉਹਨਾਂ ਦੇ ਪਰਿਵਾਰ ਨੇ ਆਪਣੇ ਪਰਿਵਾਰਾਂ ਨੂੰ ਕਹਿਣ ਫਾਈਨੈਂਸ਼ੀਅਲੀ ਤੌਰ ਤੇ ਤੁਸੀਂ ਮਾਇਆ ਦੀ ਹੈਲਪ ਕਰ ਸਕਦੇ ਹੋ ਤਨ ਮਨ ਧਨ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜੁੜ ਸਕਦੇ ਹੋ ਡੈਮੋਕ੍ਰੈਟਿਕ ਸਿਸਟਮ ਹੈ ਤੁਸੀਂ ਬਾਦਲ ਨੂੰ ਵੋਟ ਪਾਓ ਤੁਸੀਂ ਕਾਂਗਰਸ ਨੂੰ ਵੋਟ ਪਾਓ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਆ ਕਿਸੇ ਵੀ ਪਾਰਟੀ ਨੂੰ ਵੋਟ ਪਾ ਸਕਦੇ ਹੋ ਤੁਹਾਡਾ ਆਪਣਾ ਫੈਸਲਾ ਹੈ ਪਰ ਇੱਕ ਸਿੱਖ ਖਾਲਸਾ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਉਹਨਾਂ ਨੂੰ ਵੋਟ ਪਾਈਏ ਜਿਹੜੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੀ ਸੋਚ ਨੂੰ ਸਮਰਪਿਤ ਹੈ ਜਿਹੜੀ ਖਾਲਸਾਈ ਰਵੈਤਾਂ ਨੂੰ ਸਮਰਪਿਤ ਹੈ ਉਹਨਾਂ ਨੂੰ ਵੋਟ ਪਾਈ ਹਾਲਾਂਕਿ ਇਸ ਪੋਲੀਟੀਕਲ ਸਿਸਟਮ ਦੇ ਵਿੱਚ ਸਾਡਾ ਭਲਾ ਨਹੀਂ ਹੋ ਸਕਦਾ ਪਰ ਇਸ ਔਕੇ ਸਮੇਂ ਦੇ ਵਿੱਚ ਸੌਖਾ ਸਾਹ ਕੋਈ ਸਮੇ ਲਈ ਆ ਸਕਦਾ ਹੈ ਸੋ ਪ੍ਰੇਪੇਅਰ ਹੋਈਏ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਬਹੁਤ ਵੱਡੀ ਇੱਕ ਗੱਲ ਕਹੀ ਸੀ ਪਿਛਲੇ ਦਿਨੀ ਕਿ ਜੋ ਤੰਤਰ ਹੈ ਭਾਰਤ ਦਾ ਜੋ ਸਿਸਟਮ ਹੈ ਉਹ ਬੜੀ ਵੱਡੀ ਤਿਆਰੀ ਕਰੀ ਬੈਠਾ ਹੈ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ Hindu ਤੇ Sikh ਕਲੈਸ਼ ਕਰਾਉਣਾ ਜਦੋਂ ਉਹ ਗੱਲ ਕੀਤੀ ਸੀ ਬਹੁਤ ਸਾਰੇ ਜਿਹੜੇ ਬੂਝੜ ਦਿਮਾਗ ਵਾਲੇ ਲੋਕ ਇਸ ਗੱਲ ਨੂੰ ਸਮਝ ਨਹੀਂ ਸਕੇ ਤੇ ਹੁਣ ਤੁਹਾਡੇ ਸਾਹਮਣੇ ਆ ਰਿਹਾ ਜਦੋਂ 26 ਜਨਵਰੀ ਵਾਲਾ ਘਟਨਾਕਰਮ ਹੁੰਦਾ ਨਿਸ਼ਾਨ ਸਾਹਿਬ ਲਾਲ ਕਿਲੇ ਉੱਤੇ ਚੜਾਇਆ ਜਾਂਦਾ ਤਾਂ ਕਿਵੇਂ ਬਹੁ ਗਣਤੀ Hindu ਧਰਮ ਨਾਲ ਸੰਬੰਧਿਤ ਲੋਕ ਸਿੱਖਾਂ ਦੀ ਜੈਨੋਸਾਈਡ ਦੀ ਕਾਲ ਕਰਦੇ ਨੇ ਕਿ 1984 ਦੁਹਰਾਇਆ ਜਾਵੇ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਂਦਾ ਹੈ ਉਸ ਦੀ ਆਪ ਦੀ ਕਿ ਸਿਆ ਬਾਕੀ ਸਿਆਸੀ ਪਾਰਟੀਆਂ ਵੀ ਜੋਰ ਲਾਉਂਦੀਆਂ ਨੇ ਤੇ ਬਹੁਤੇ ਲੋਕ ਆਉਂਦੇ ਨਹੀਂ ਉਹਦੀ ਉੱਥੇ ਜਿੱਥੇ ਰੈਲੀ ਹੁੰਦੀ ਹੈ ਤਾਂ ਸਾਰਾ ਤੰਤਰ ਹੈ ਜਿਹੜਾ ਭਾਰਤ ਦੀ ਖੁਫੀਆ ਏਜੰਸੀ ਆ ਉਹ ਸਾਰੀ ਗੱਲ ਸਿੱਖਾਂ ਦੇ ਗੱਲ ਸੱਟ ਦਿੰਦੀ ਹੈ ਤੇ ਉਸੇ ਤਰ੍ਹਾਂ ਭਾਰਤ ਦੇ ਬੁਛਿੰਦੇ ਜਿਹੜੇ ਉੱਥੇ ਦੇ ਰਹਿਣ ਵਾਲੇ ਲੋਕ ਨੇ ਫੇਰ ਉਹੀ ਗੱਲ ਕਰਨ ਲੱਗ ਪਏ ਨੇ ਕਿ 84 ਦੁਵਾਰਾ ਦਹਰਾਵਾਂਗੇ ਇਹ ਕਰਾਂਗੇ ਜੇ ਕਰਾਂਗੇ ਇਹੋ ਜਿਹੀਆਂ ਗਿੰਦੜ ਧਮਕੀਆਂ ਦਿੰਦੇ ਨੇ 84 ਦਹਰਾਉਣ ਵਾਲੇ ਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਜੇ 84 ਦੁਵਾਰਾ ਆਵੇਗੀ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਵੀ ਤੁਹਾਨੂੰ ਮੂਰੇ ਖੜਾ ਮਿਲਿਆਗਾ ਜਥੇਦਾਰ ਅਵਤਾਰ ਸਿੰਘ ਬ੍ਰਹਮਾ ਭਾਈ ਸੁਖਾ ਜਿੰਦਾ ਜਰਨਲ ਲਾਹਵ ਸਿੰਘ ਭਾਈ ਸਖਦੇਵ ਸਿੰਘ ਬੱਬਰ ਇਹ ਵੀ ਤੁਹਾਨੂੰ ਮੂਰੇ ਖੜੇ ਮਿਲਣਗੇ ਜੇ 84 ਦੁਹਰਾਓਗੇ ਤਾਂ ਦੂਜੇ ਪਾਸਿਓਂ ਵੀ ਚੱਕਰ ਸੇਮ ਘੁਮੇਗਾ ਜੋ ਇਤਿਹਾਸ ਹੈ ਕਿਉਂਕਿ ਇਹ ਕੜੀ ਹੈ ਕਿ ਇੱਕ ਜਿੱਥੋਂ ਚੀਜ਼ ਖਤਮ ਹੁੰਦੀ ਹੈ ਉੱਥੋਂ ਹੀ ਮੁੜ ਕੇ ਸ਼ੁਰੂ ਹੁੰਦੀ ਹੈ ਸਰਕਲ ਹੈ ਜ਼ਿੰਦਗੀ ਦਾ ਇਹ ਉਸੇ ਤਰ੍ਹਾਂ ਹੀ ਚੱਲੇਗਾ ਸੋ ਇਹੇ ਜਿਹੜੀਆਂ ਗੱਲਾਂ ਜਿਹੜੀਆਂ ਪ੍ਰਮੋਟ ਕੀਤੀਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਰਾਹੀਂ ਜਾਂ ਉੱਥੇ ਦੀਆਂ ਇੰਟੈਲੀਜੈਂਸੀਆਂ ਲਈ ਇਹਦੇ ਬਾਰੇ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਆਪਣੀ ਇੱਕ ਸਪੀਚ ਵਿੱਚ ਪਹਿਲਾਂ ਹੀ ਕਹਿ ਦਿੱਤਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਇੱਕ ਹੋਰ ਗੱਲ ਕਹੀ ਸੀ ਉਹਨਾਂ ਨੂੰ ਇੱਕ ਪੱਤਰਕਾਰ ਜਿਹੜਾ 4-5 ਸਾਲ ਪਹਿਲਾਂ ਪੁੱਛਦਾ ਹੈ ਕਿ ਰੇਪ ਹੋ ਗਏ ਜੈਨੋਸਾਈਡ ਹੋ ਗਈ ਕੀ ਕਰੀਏ ਉਹਨਾਂ ਨੇ ਇੱਕ ਇੰਗਲਿਸ਼ ਕਹਾਵਤ ਦਾ ਆ ਆਧਾਰਨ ਦਿੰਦੇ ਹੋਏ ਕਿਹਾ ਸੀ ਵੀ ਰੀਪਰੂਵ ਹੋ ਗਏ ਨੇ ਬੈਠੋ ਇੰਜੋਏ ਕਰੋ ਕਿਉਂਕਿ ਹੁਣ ਬਾਹਾਂ ਬੂਹਾਂ ਮਾਰਨ ਦਾ ਕੋਈ ਫਾਇਦਾ ਨਹੀਂ ਉਹਨਾਂ ਨੇ ਇੱਕ ਸਿੰਬੋਲਿਕਲੀ ਤਰੀਕੇ ਦੇ ਨਾਲ ਇਹ ਗੱਲ ਕਹਿਤੀ ਸੀ ਕਿ ਜਿਵੇਂ ਜਦੋਂ ਸਿੱਖਾਂ ਦੀ ਜੈਨੋਸਾਈਡ ਹੋਈ ਸੀ 84 ਦੇ ਵਿੱਚ ਲਾਲ ਧਮਾਕਾਣ ਵਰਗੇ ਹੋਰ ਤਾਂ ਉਹ ਸਮੇਂ ਖਾਲਸਾ ਰਵੈਤਾਂ ਨੂੰ ਅਪਣਾਉਂਦੇ ਹੋਏ ਭਾਈ ਸੁਖਾ ਜੀ ਦਾ ਮੂਹਰੇ ਆਏ ਸੀ ਉਹਨਾਂ ਨੇ ਕੋਈ ਨਾਰੇ ਨਹੀਂ ਮਾਰੇ ਉਹਨਾਂ ਨੇ ਕੋਈ ਪ੍ਰੋਟੈਸਟ ਨਹੀਂ ਕੀਤਾ ਕੋਈ ਮੋਮਬਤੀਆਂ ਨਹੀਂ ਜਗਾਈਆਂ ਇਹ ਉਹਨਾਂ ਨੇ ਇੱਕ ਆਧਾਰਨ ਦਿੱਤੀ ਸੀ ਕਿ ਵੀ ਇਸ ਤਰ੍ਹਾਂ ਹੁੰਦਾ ਹੈ ਤੇ ਸਿਮਰਨਜੀਤ ਸਿੰਘ ਮਾਨ ਹੋਣਾਂ ਨੇ ਸਮੇਂ-ਸਮੇਂ ਸਰ ਪੰਥ ਨੂੰ ਪੰਜਾਬ ਨੂੰ ਜਗਾਇਆ ਏ ਸਾਨੂੰ ਇਹ ਚਾਹੀਦਾ ਹੈ ਕਿ ਇਸ ਸਮੇਂ ਉਹਨਾਂ ਦੇ ਨਾਲ ਖੜੀਏ ਸਾਰੇ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਤੋਂ ਉਹਨਾਂ ਨੇ ਆਪਣੇ ਬੰਦੇ ਖੜੇ ਕੀਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਨਿਸ਼ਾਨ ਵੀ ਆ ਜਾਵੇਗਾ ਜੋ ਪਾਰਟੀ ਦਾ ਆਪਣਾ ਨਿਸ਼ਾਨ ਹੋਵੇਗਾ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਫੇਸਬੁਕ ਪੇਜ ਇੰਸਟਾਗ੍ਰam ਪੇਜ ਟਵਿੱਟਰ ਤੇ YouTube ਅਕਾਊਂਟ ਤੇ ਵੀ ਜੁੜ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤੇ ਇਸ ਸਮੇਂ ਪੰਜਾਬ ਦੇ ਵਿੱਚ ਇੱਕੋ ਇੱਕ ਜਿਹੜਾ ਨੌਜਵਾਨ ਐ ਐਕਟਰਾਂ ਦੇ ਵਿੱਚੋਂ ਫਿਲਮ ਇੰਡਸਟਰੀ ਦੇ ਵਿੱਚੋਂ ਉੱਭਰ ਕੇ ਆਇਆ ਐ ਦੀਪ ਸਿੱਧੂ ਦੀਪ ਸਿੱਧੂ ਨੂੰ ਖੁੱਲੇ ਤੌਰ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਹਮਾਇਤ ਦੇ ਲਈ ਐਲਾਨ ਕੀਤਾ ਐ ਤੇ ਉਹਨਾਂ ਨੇ ਕਿਹਾ ਕਿ ਸਾਡੀ ਵਾਰਸ ਪੰਜਾਬ ਜਥੇਬੰਦੀ ਵੀ ਉਹਨਾਂ ਦੀ ਹਮਾਇਤ ਕਰੇਗੀ ਉਹ ਖੁਦ ਉਹਨਾਂ ਦੇ ਨਾਲ ਨੇ ਤੇ ਦੂਜੇ ਪਾਸੇ ਜਿੰਨੇ ਵੀ ਹੋਰ ਲੀਡਰ ਨੇ ਯਾ ਐਕਟਰ ਨੇ ਜਿੰਨੇ ਗਾਇਕ ਨੇ ਉਹਨਾਂ ਨੂੰ ਵੀ ਖੁੱਲ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਇਸ ਸਮੇਂ ਖੜਨਾ ਚਾਹੀਦਾ ਹੈ। ਸੋ ਅਸੀਂ ਛੋਟੀ ਜੀ ਕੋਸ਼ਿਸ਼ ਕੀਤੀ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਜੀਵਨ ਬਾਰੇ ਆਪ ਸਭ ਨਾਲ ਜਾਣਕਾਰੀ ਸਾਂਝੀ ਕਰਨ ਦੀ। ਸੋ ਮੇਰੇ ਵਿਚਾਰ ਆਪਣੇ ਨੇ ਕੇ ਟੀਵੀ ਦਾ ਕੰਮ ਹੈ ਤੁਹਾਡੇ ਤੱਕ ਸਾਰੀ ਜਾਣਕਾਰੀ ਲੈ ਕੇ ਆਉਣਾ। ਨਵੇਂ ਸਮੇਂ ਦੇ ਵਿੱਚ ਨਵੇਂ ਪ੍ਰੋਗਰਾਮ ਨਾਲ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।